ਹਾਜ਼ਰ ਚੰਚਦਾ ਵਿਚਾਰ ਸਾਥੀ ਸ਼ਰਕਲ ਜੀ ਤੁਸੀਂ ਪ੍ਰਾਈਮ ਮੀਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਸ ਦੀ ਤਰ੍ਹਾਂ ਹੀ ਚਿੱਟੇ ਰੰਗ ਦੀ ਪੱਟੀ ਬੰਨ ਕੇ ਬਾਹ ਦੇ ਉੱਤੇ ਤੇ ਗਲ ਦੇ ਵਿੱਚ ਕਾਲੇ ਰੰਗ ਦੀ ਪਾ ਕੇ ਚੁੰਨੀ ਤੇ ਹਰਮਨ ਸਿੰਘ ਜੀ ਬੈਠੇ ਨੇ ਟੈਣਾ ਸਾਹਿਬ ਹਰ ਰੋਜ਼ ਇਹ ਤਰ੍ਹਾਂ ਪੱਟੀ ਕਿਵੇਂ ਬੰਨੀ ਹਲੇ ਕੱਲ ਬੰਨੀ ਤੇ ਅੱਜ ਬੰਨੀ ਪਰਸੋਂ ਵੀ ਸੀ ਪਰਸੋ ਕਦੋਂ ਸੀ ਪਰਸੋ ਮੇਰੇ ਸੱਟ ਲੱਗੀ ਸੀ ਇਸ ਕਰਕੇ ਪ੍ਰੋਗਰਾਮ ਨਹੀਂ ਸੀ ਕੀਤਾ ਹਾਂ ਇਸ ਲਈ ਪਰਸੋ ਪੱਟੀ ਕੈਨਸਲ ਅੱਛਾ ਹਾਂ ਤੇ ਬਾਕੀ ਹੋਰ ਸਨਾਓ ਕਿਵੇਂ ਐਸੇ ਠੀਕ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜਿੰਦਗੀ ਜਿੰਦਾਬਾਦ ਆ ਸਭ ਦੀ ਜਿੰਦਾਬਾਦ ਰਵੇ ਭਾਈ ਇਹ ਨਹੀਂ ਕਾਮਨਾ ਕਰਦੇ ਹਾਂ ਹਾਂ ਤੇ ਜਿਹੜੀ ਆਪਾਂ ਛਾਲ ਮਾਰੀ ਸੀ ਰਜਨੀਕਾਂਤ ਸਟਾਈਲ ਉਹ ਠੀਕ ਹੈ ਨਹੀਂ ਉਹ ਠੀਕ ਆ ਹੁਣ ਵੈਸੇ ਜਦੋਂ ਨਾ ਤੁਰਦੇ ਫਿਰਦੇ ਆ ਉਦੋਂ ਮੜੀ ਦੀ ਪੀੜ ਨਿਕਲਦੀ ਆ ਉਦੋਂ ਠੀਕ ਆ ਜਿਹੜੀ ਸੱਟ ਤੰਗ ਜ਼ਿਆਦਾ ਕਰਦੀ ਹੁੰਦੀ ਹੈ ਮੇਰਾ ਮੋਟਰਸਾਈਕਲ ਟੁੱਟ ਗਿਆ ਕੋਈ ਗੱਲ ਨਹੀਂ ਟੇਣਾ ਸਾਹਿਬ ਜ਼ਿੰਦਗੀ ਆ ਤਾਂ ਸਭ ਕੁਝ ਆ ਉਹਦੀ ਟੈਂਕੀ ਪਾਟ ਗਈ ਐਨੀ ਜ਼ੋਰ ਦੀ ਹਾਂਜੀ ਮੇਰੇ ਨਾਲ ਸਾਥ ਹੀ ਗਏ ਉਹਦੀ ਟੈਂਕੀ ਪਾਟ ਗਈ ਜਿਹੜੇ ਮੂਰੇ ਉਹ ਦੋ ਹੁੰਦੇ ਆ ਉਹ ਡੰਡੇ ਜੇ ਡੰਡੇ ਜੇ ਉਹਨਾਂ ਚੋਂ ਡੰਡਾ ਟੁੱਟ ਗਿਆ ਓਹੋ ਹਾਂ ਪਰ ਟੇਣਾ ਸਾਹਿਬ ਜ਼ਿੰਦਗੀ ਆ ਤਾਂ ਸਭ ਕੁਝ ਆ ਇਹ ਚੀਜ਼ਾਂ ਨਵੀਆਂ ਲਈਆਂ ਜਾ ਸਕਦੀਆਂ ਨੇ ਪਰ ਇਨਸਾਨ ਦੀ ਕੀਮਤ ਕਦੇ ਪੂਰੀ ਨਹੀਂ ਹੁੰਦੀ ਇਹ ਬਹੁਤ ਬਹੁਤ ਸ਼ੁਕਰਾਨਾ ਉਸ ਪਰਮਾਤਮਾ ਦਾ ਕਿ ਤੁਸੀਂ ਠੀਕ ਠਾਕ ਹੋ ਤਦ ਰਸਤੋ ਹੈਨਾ ਸੋ ਖੈਰ ਕੋਈ ਗੱਲ ਨਹੀਂ ਟੇਣਾ ਸਾਹਿਬ ਤੇ ਮੌਸਮ ਦੀ ਹਾਲ ਬਿਆਨ ਮੌਸਮ ਦੇ ਬਾਰੇ ਕੀ ਗੱਲ ਕਹਿਗੇ ਜਦੋਂ ਤੱਕ ਗੱਲਬਾਤ ਕਰਕੇ ਹਟਾਂਗੇ ਪਤਾ ਨਹੀਂ ਬਦਲਵਾਈ ਨਾ ਹੋ ਜੇ ਕਿਉਂਕਿ ਦੋ ਖ਼ਬਰ ਪੜੇ ਦੋਵਾਂ ਦੇ ਵਿੱਚ ਵੱਖੋ-ਵੱਖਰੀਆਂ ਗੱਲਾਂ ਇੱਕ ਕਹਿੰਦਾ ਵੀ ਭਾਈ 7 ਤਰੀਕ ਤੱਕ ਕੋਈ ਤੋਮੀ ਨਹੀਂ ਪੜੇਗਾ ਆਏ ਹਾਏ ਦੂਜਾ ਕਹਿੰਦਾ ਅੱਜ ਪਹਿਲੇ ਕੋਈ ਛਮਛਮ ਭਰੇਗਾ ਆਏ ਹਾਏ ਤਾਂ ਮੈਂ ਹੁਣ ਕਿਹਨ ਤੇ ਯਕੀਨ ਕਰਾਂ ਨਹੀਂ ਪਹਿਲਾਂ ਤਾਂ ਪੰਜਾਬੀ ਵੱਲ ਮੈਂ ਧਿਆਨ ਦਿੱਤਾ ਮੈਂ ਕਿਹਾ ਪੰਜਾਬੀ ਖ਼ਬਰਾਂ 'ਚ ਵੀ ਸ਼ਾਇਰ ਖ਼ਬਰ ਲੱਗੀ ਹੋਵੇ ਉਧਰ ਲੱਗੀ ਕੋਈ ਨਹੀਂ ਦੋ ਹਿੰਦੀ ਦੇ ਪੜੇ ਉਹਦੇ 'ਚ ਲੱਗੀ ਆ ਇਹਦੇ 'ਚ ਕੁਝ ਲਿਖਿਆ ਇਹਦੇ 'ਚ ਕੁਝ ਲਿਖਿਆ ਫਿਰ ਮੇਰੀ ਤਾਂ ਉਹ ਗੱਲ ਆ ਵੀ ਕੋਈ ਬੰਦਾ ਸੀਗਾ ਉਹਨੂੰ ਦਿਸਦਾ ਨਹੀਂ ਸੀਗਾ ਉਹਨੇ ਲਾਈ ਸੀ ਇਹ ਕਰੇ ਵੀ ਭਾਈ ਕੋਈ ਮੇਰੇ ਚੋਰੀ ਕਰਦਾ ਪਰ ਇਹ ਥੋੜੀ ਪਤਾ ਲੱਗਦਾ ਵੀ ਕੌਣ ਆ ਕਹਿੰਦਾ ਵੀ ਮੇਰੀ ਗੱਲ ਸੁਣ ਲੋ ਇੱਥੇ ਕੋਈ ਆਉਂਦਾ ਤੇ ਚਾਕੇ ਮੂੰਫਲੀ ਤੁਰ ਜਾਂਦੀ ਐ ਤੇ ਉਹ ਕਹਿੰਦਾ ਜੇ ਮੈਂ ਘਗਰੇ ਚ ਬਣਨਾ ਲੱਤ ਤਾਂ ਟੋਪੀ ਉਹ ਬੁੜਕਦੀ ਜਾਓ ਹਾਂ ਹਾਂ ਆ ਕੀ ਗੱਲ ਹੋਈ ਉਹਨੇ ਆਪਣੇ ਤਰੀਕੇ ਨਾਲ ਕਿਹਾ ਅੱਛਾ ਪਤਾ ਨਹੀਂ ਕੌਣ ਆ ਤੇ ਹੁਣ ਪਤਾ ਨਹੀਂ ਵੀ ਦੋਵਾਂ ਖਬਰਾਂ ਦੇ ਵਿੱਚੋਂ ਸਹੀ ਕੌਣ ਆ ਜੀ ਗੱਲ ਸਹੀ ਐ ਪਰ ਬੜੀ ਹੈਰਾਨੀ ਹੁੰਦੀ ਐ ਕਿ ਵਿਦੇਸ਼ੀ ਮੁਲਕਾਂ ਦੇ ਵਿੱਚ ਆਪਾਂ ਵੇਖਦੇ ਆ ਕਿ ਜੋ ਵੀ ਮੌਸਮ ਵਿਭਾਗ ਕਹਦੇ ਲਗਭਗ ਉਹੀ ਹੁੰਦਾ ਹੈ ਨਾ ਕਈਆਂ ਥਾਵਾਂ ਤੇ ਤਾਂ ਬਿਲਕੁਲ ਸਟੀਕ ਜਾਣਕਾਰੀ ਵੀ ਦਿੰਦਾ ਹੈ ਮੌਸਮ ਵਿਭਾਗ ਪਰ ਆਪਣੇ ਇੱਥੇ ਬਿਲਕੁਲ ਹੀ ਉਲਟ ਹੁੰਦਾ ਸਾਡੇ ਜਦੋਂ ਕਹਿੰਦੇ ਵੀ ਇੱਥੇ ਕੀ ਛਮਸ਼ਮ ਮੀਂਹ ਵਰੂਗਾ ਉਦੋਂ ਸੋਕਾ ਪੈ ਜਾਂਦਾ ਹੂੰ ਜਦੋਂ ਕਹਿੰਦੇ ਸੋਕਾ ਪੂਰ ਡੋਬਾ ਪੈ ਜਾਂਦਾ ਹੁਣ ਕਰੀਏ ਤਾਂ ਕੀ ਕਰੀਏ ਹੁਣ ਕਹਿੰਦੇ ਅਭੀ ਮੌਨ ਲੋਕਾਂ ਵਰਗੀਆਂ ਹੋ ਗਈਆਂ ਕਹਿਣਗੇ ਅਸੀਂ ਆ ਗਈਆਂ 15 ਦੇ ਪਹਿਲਾਂ ਹੀ ਪਰ ਕਹਿੰਦੇ ਰਾਜਸਥਾਨ ਚ ਵੜ ਗਈਆਂ ਹੁਣ ਇੱਕ ਜਣਾ ਕਹਿੰਦਾ ਵੀ ਪਹਿਲੀ ਤੋ ਹੀ ਮੀਂਹ ਵਰਨ ਲੱਗ ਜਾਣਾ ਜੁਲਾਈ ਤੋਂ ਦੂਜਾ ਕਹਿੰਦਾ ਨਾ ਇਹ ਤਾਂ ਜੀ 7 ਤੋਂ ਬਾਅਦ ਸੰਭਵ ਹੋਏਗਾ ਤੇ ਉਧਰ ਪਤਾ ਲੱਗਾ ਜੀ ਕਈ ਥਾਵਾਂ ਦੇ ਉੱਤੇ ਮੀਂਹ ਜਿੱਥੇ ਜਿੱਥੇ ਪਿਆ ਉਥੇ ਬਾਲਾ ਹੀ ਪੈ ਗਿਆ ਤੇ ਬੜੀ ਪੈਣ ਦੀ ਸੰਭਾਵਨਾ ਤੇ ਗਰਮੀ ਨੇ ਕੈਨੇਡਾ ਦੇ ਵਿੱਚ ਵੀ ਵਟ ਕੱਡੇ ਪਏ ਆ ਜੀ ਵੀ ਉੱਥੇ ਵੀ ਰਿਕਾਰਡ ਤੋੜ ਗਰਮੀ ਪਈ ਜਾਂਦੀ ਹੈ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਹੈ ਜੀ ਬਿਲਕੁਲ ਸਹੀ ਹੈ ਸੋ ਸੇਧ ਦਾ ਖਿਆਲ ਰੱਖਣ ਦੀ ਜ਼ਿਆਦਾ ਜ਼ਰੂਰਤ ਹੈ ਤੇ ਆਪਾਂ ਚਾਹੀਦੇ ਵਿਚਾਰ ਦੀ ਪੇਸ਼ਕਾਰੀ ਕਰੀਏ ਉਸ ਤੋਂ ਪਹਿਲਾਂ ਸਾਰੇ ਹੀ ਪੰਜਾਬੀ ਜਿਹੜੇ ਕੈਨੇਡਾ ਦੇ ਵਿੱਚ ਵੱਸਦੇ ਆ ਉਹਨਾਂ ਨੂੰ ਕੈਨੇਡਾ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬਿਲਕੁਲ ਕੈਨੇਡਾ ਦਿਵਸ ਦੀਆਂ ਬੜੀਆਂ-ਬੜੀਆਂ ਮੁਬਾਰਕਾਂ ਹਾਂ ਤੇ ਤੁਸੀਂ ਸਾਰੇ ਤੰਦਰੁਸਤ ਰਹੋ ਕੈਨੇਡਾ ਵਰਗੇ ਸੋਹਣੇ ਦੇਸ਼ ਨੂੰ ਹੋਰ ਸੋਨਾ ਬਣਾਉਣ ਦੇ ਵਿੱਚ ਤੁਸੀਂ ਯੋਗਦਾਨ ਪਾਓ اسی ਕਾਮਨਾ ਕਰਦੇ ਆ ਜੀ ਸਾਡੇ ਦੋਵਾਂ ਦੇ ਵੱਲੋਂ ਤੇ ਪ੍ਰਾਈਮੇਸ਼ੀਆ ਟੀਵੀ ਦੀ ਸਮੁੱਚੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਕੈਨੇਡਾ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਕੈਨੇਡਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸੋ ਇਸ ਦਿਨ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਕੈਨੇਡਾ ਦੇ ਵਿੱਚ ਵਸਦੇ ਹੋਏ ਜਿੰਨੇ ਵੀ ਪੰਜਾਬੀ ਨੇ ਉਹਨਾਂ ਸਾਰਿਆਂ ਨੂੰ ਜ਼ਰੂਰਤ ਹੈ ਇਹ ਕਰਨਾ ਚਾਹੀਦਾ ਹੈ ਕਿ ਅਸੀਂ ਕੈਨੇਡਾ ਦੀ ਧਰਤੀ ਨੂੰ ਹੋਰ ਖੂਬਸੂਰਤ ਬਣਾਵਾਂਗੇ ਜਿਹੜੇ ਜਿਹੜੇ ਸੁਪਨੇ ਲੈ ਕੇ ਅਸੀਂ ਇਸ ਧਰਤੀ ਦੇ ਉੱਪਰ ਪੈਰ ਧਰਿਆ ਅਸੀਂ ਉਹਨਾਂ ਸੁਪਨਿਆਂ ਨੂੰ ਸੁਚੱਜੇ ਸਹੀ ਤੇ ਇੱਕ ਨੰਬਰ ਦੇ ਢੰਗ ਦੇ ਨਾਲ ਹੀ ਅਸੀਂ ਸਾ ਸੁਪਨੇ ਆ ਨੂੰ ਪੂਰਾ ਕਰਾਂਗੇ ਇੱਕ ਨੰਬਰ ਦਾ ਟੰਗ ਤਾਂ ਕਰਕੇ ਕਿਹਾ ਕਿਉਂਕਿ ਪਿਛਲੇ ਕੁਝ ਕ ਹਫਤੇ ਤੋਂ ਕਈ ਇਹੋ ਜਿਹੀਆਂ ਖਬਰਾਂ ਆਈਆਂ ਜਿਹੜੀਆਂ ਕਿ ਮਨ ਦੇ ਵਿੱਚ 100 ਕਿਸਮ ਦੇ ਸਵਾਲ ਪੈਦਾ ਕਰਦੀਆਂ ਸੋ ਕਾਲੀ ਨਹੀਂ ਕਰਨੀ ਰੁਪਈਏ ਕਮਾਉਣ ਦੇ ਲਈ ਡਾਲਰ ਕਮਾਉਣ ਦੇ ਲਈ ਤੇ ਉੱਥੇ ਮਿਹਨਤ ਦਾ ਮੁੱਲ ਬਹੁਤ ਪੈਂਦਾ ਤੇ ਮਿਹਨਤ ਰੱਜ ਕੇ ਕਰ ਵੀ ਰਹੇ ਆ ਆਪਾਂ ਤੇ ਹੋਰ ਕਰਨੀ ਚਾਹੀਦੀ ਹੈ ਸਾਡੇ ਵਿੱਚ ਹੀ ਕੁਝ ਕ ਲੋਕ ਜਿਹੜੇ ਗਲਤ ਆ ਇਹਨਾਂ ਨੂੰ ਪਛਾਣ ਕੇ ਦੂਰ ਰਹਿਣਾ ਚਾਹੀਦਾ ਤੇ ਇਹਨਾਂ ਦਾ ਪ੍ਰਭਾਵ ਬਿਲਕੁਲ ਨਹੀਂ ਕਬੂਲਣਾ ਚਾਹੀਦਾ ਬਿਲਕੁਲ ਸਹੀ ਤੇ ਟਾਣਾ ਸਾਹਿਬ ਚਾਹਦਾ ਵਿਚਾਰ ਆਉਣ ਦੇ ਹੋਣ ਦੇਖੋ ਚੰਗੇ ਦਾ ਵਿਚਾਰ ਨਾ ਦੋ ਸ਼ਾਇਰ ਦੋ ਸ਼ਾਇਰਾਂ ਨੇ ਸ਼ੇਅਰ ਆ ਮੈਨੂੰ ਇਉਂ ਪ੍ਰਤੀਤ ਹੁੰਦਾ ਵੀ ਇੱਕ ਦਾ ਉੱਤਰ ਦੂਜੇ ਨੇ ਦਿੱਤਾ ਅੱਛਾ ਜੀ ਇੱਥੇ ਮਿਰਜ਼ਾ ਗਾਲਬ ਸਾਹਿਬ ਨੇ ਲਿਖਿਆ ਕਿ ਉੱਡਨੇ दो ਪਰਿੰਦੋਂ ਕੋ ਇਨ ਆਜ਼ਾਦ ਫਿਜ਼ਾਓਂ ਮੇ ਆਹਾ ਉੱਡਨੇ ਦੋ ਪਰਿੰਦੋਂ ਕੋ ਇਨ ਆਜ਼ਾਦ ਫਿਜ਼ਾਓਂ ਮੇ ਲੌਟ ਆਏਂਗੇ ਇੱਕ ਦਿਨ ਅਗਰ ਵੋ ਤੇਰੇ ਹੋਂਗੇ ਵਾਹ ਵਾਹ ਤੇ ਮੈਨੂੰ ਲੱਗਦਾ ਵੀ ਉਹਨਾਂ ਦਾ ਉੱਤਰ ਦਿੱਤਾ ਹੈਗਾ ਇਕਬਾਲ ਸਾਹਿਬ ਨੇ ਉਹ ਕਹਿੰਦੇ ਨਾ ਰਖ ਵਫਾਏ ਉਮੀਦ ਹਾਂ ਇਹਨਾਂ ਪਰਿੰਦੋਂ ਸੇ ਜਦ ਪਰ ਨਿਕਲ ਆਤੇ ਹਨ ਤੋ ਆਪਣੇ ਵੀ ਆਸ਼ਿਆਨਾ ਛੋੜ ਜਾਂਦੇ ਹਨ ਕੀ ਬਾਤ ਹੈ ਜਾਨਾ ਸਾਹਿਬ ਕਮਾਲ ਕਰ ਦਤੇ ਮਿਹਰਬਾਨੀ ਦੋਵੇਂ ਚੀਜ਼ਾਂ ਬਾ ਕਮਾਲ ਨੇ ਦੋਵੇਂ ਸ਼ੇਅਰ ਬਾ ਕਮਾਲ ਨੇ ਔਰ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ ਦੇਖੋ ਬਹੁਤੀ ਵਾਰ ਅਸੀਂ ਜੇਕਰ ਰਿਸ਼ਤਿਆਂ ਦੀ ਗੱਲ ਕਰੀਏ ਜੇਕਰ ਉਹਨਾਂ ਪਰਿੰਦਿਆਂ ਨੂੰ ਆਪਾਂ ਰਿਸ਼ਤਾ ਹੀ ਸਮਝ ਲਈਏ ਤਾਂ ਅਸੀਂ ਕਈ ਰਿਸ਼ਤਿਆਂ ਨੂੰ ਜਕੜਨ ਦੀ ਕੋਸ਼ਿਸ਼ ਕਰਦੇ ਹਾਂ ਹੱਥਾਂ 'ਚ ਫੜਨ ਦੀ ਕੋਸ਼ਿਸ਼ ਕਰਦੇ ਹਾਂ ਜਦ ਕਿ ਅਸਲੀਅਤ ਇਹ ਹੋਣਾ ਚਾਹੀਦਾ ਵੀ ਠੱਲਾ ਛੱਡ ਦਿਓ ਸਭ ਕੁਝ ਜੇਕਰ ਵਾਕਈ ਉਹ ਰਿਸ਼ਤਾ ਕਦੇ ਸਕੇ ਬਨ ਕੇ ਨਹੀਂ ਨਿਭਦੇ ਜੀ ਬਨ ਕੇ ਨਹੀਂ ਨਿਭਦੇ ਹਾਂ ਨਾ ਆਪ ਵੱਜ ਕੇ ਨਿਭ ਸਕਦੇ ਕਿਸੇ ਨਾਲ ਤੇ ਨਾ ਕਿਸੇ ਨੂੰ ਬਨ ਕੇ ਨਿਭਾ ਸਕਦੇ ਆ ਇਹ ਤਾਂ ਮਨ ਦੇ ਬਲਬਲੇ ਹੁੰਦੇ ਆ ਇਹ ਤੁਸੀਂ ਕਿਹਦੇ ਨਾਲ ਆਪਦੀ ਤਾਰ ਜੋੜ ਕੇ ਰੱਖਣੀ ਆ ਕਿਹਦੇ ਨਾਲੋ ਤੋੜ ਕੇ ਰੱਖਣੀ ਆ ਕਿਹਦੇ ਉੱਤੇ ਸ਼ੱਕ ਬੇਲੋੜਾ ਕਰਨਾ ਤੇ ਕਿਹਦੇ ਉੱਤੇ ਤੁਸੀਂ ਬਿਲਕੁਲ ਨਿਰਪਰ ਰਹਿਣਾ ਕਿਹਦੇ ਨਾਲ ਬਹੁਤ ਵਧੀਆ ਵਫਾ ਕਮਾਉਣੀ ਆ ਇਹ ਮਰਜ਼ੀ ਦੇ ਉੱਤੇ ਨਿਰਪਰ ਕਰਨ ਦੀ ਗੱਲ ਹੁੰਦੀ ਆ ਤੁਸੀਂ ਆਪਣੇ ਆਲਾ ਹਣਦੋ ਨੇ ਤਾਂ ਮੈਂ ਕੋਈ ਹੋਰ ਸੁਣਾ ਦੇਣਾ ਸੁਣਾ ਦਿਓ ਟਾਣਾ ਸਾਹਿਬ ਕੋਈ ਨਹੀਂ ਹਾਂ ਕਦੇ ਵੀ ਸ਼ਰਦਾ ਦੇ ਨਾਲ ਜਾਨ ਮਿਲਦਾ ਨਿਮਰਤਾ ਦੇ ਨਾਲ ਮਾਣ ਮਿਲਦਾ ਤੇ ਯੋਗਤਾ ਦੇ ਨਾਲ ਸਥਾਨ ਮਿਲਦਾ ਤੇ ਜਦੋਂ ਇਹ ਤਿੰਨੇ ਚੀਜ਼ਾਂ ਕਿਸੇ ਬੰਦੇ ਨੂੰ ਮਿਲ ਜਾਣ ਫਿਰ ਚਾਰੇ ਪਾਸੇ ਬੱਲੇ ਹੀ ਬੱਲੇ ਬੱਲੇ ਹੀ ਬੱਲੇ ਤੇ ਬੱਲੇ ਹੀ ਬੱਲੇ ਟੈਣਾ ਸਾਹਿਬ ਇਹ ਤੀਜੀ ਚੀਜ਼ ਜਿਹੜੀ ਆ ਉਹਦੇ ਨਾਲ ਮੈਂ ਪੰਜਾਬ ਦੇ ਹਿਸਾਬ ਦੇ ਨਾਲ ਤਾਂ ਸਹਿਮਤ ਨਹੀਂ ਆ ਇੱਥੇ ਯੋਗਤਾ ਦੇ ਹਿਸਾਬ ਨਾਲ ਸਥਾਨ ਬਿਲਕੁਲ ਨਹੀਂ ਮਿਲਦਾ ਇੱਥੇ ਯੋਗਤਾ ਦੇ ਹਿਸਾਬ ਦੇ ਨਾਲ ਸਥਾਨ ਟੈਂਕੀਆਂ ਮਿਲਦੀਆਂ ਨੇ ਟਾਵਰ ਮਿਲਦੇ ਨੇ ਜਾਂ ਡਾਂਗਾ ਮਿਲਦੀਆਂ ਨੇ ਚੌਂਕ ਮਿਲਦੇ ਨੇ ਜਿੱਥੇ ਲਾ ਕੇ ਧਰਨਾ ਬੈਣਾ ਹੁੰਦਾ ਸੋ ਇੱਥੇ ਯੋਗਤਾ ਵਾਲੀ ਗੱਲ ਜਿਹੜੀ ਉਹ ਝੂਠੀ ਜੀ ਸਾਬਤ ਹੁੰਦੀ ਹੈ ਹਾਂ ਝੂਠਾ ਪਤਾ ਸ਼ਰੀਆਮੀ ਜੋ ਹਾਲਾਤ ਨੇ ਮਜਬੂਰ ਤੁਸੀ ਆਪਣੇ ਵਾਲਾ ਹੁਣ ਦੇ ਹੁਣ ਭਾਈ ਟਾਣਾ ਸਾਹਿਬ ਹੁਣ ਚਾਹਦੇ ਵਿਚਾਰੀ ਸੁਣਾਈ ਰਾਵਾਂਗੇ ਨਾ ਨਾ ਮੈਂ ਤਾਂ ਸੁਣੂੰਗਾ ਤੁਹਾਡੇ ਵਾਲਾ ਜਿਹਦੇ ਸੱਟ ਲੱਗੀ ਹੋਵੇ ਉਹਨੂੰ ਛੁੱਟੀ ਦੇ ਦੇ ਦਈ ਆ ਅੱਛਾ ਅੱਜ ਤੱਡੇ ਹੀ ਨਹੀਂ ਚੱਜਦਾ ਵਿਚਾਰ ਚੇਤੇ ਕੀਤਾ ਹੀ ਨਹੀਂ ਐਨੀ ਬਾਦ ਦੁੱਖ ਦੀ ਨਾ ਚੰਚ ਦਾ ਵਿਚਾਰ ਹਰਮਨਜੀਤ ਲੋਕ ਨਾ ਬੜੇ ਹਾਜ਼ਰ ਜਵਾਬ ਹੁੰਦੇ ਆ ਕਈ ਸਾਰੇ ਨਹੀਂ ਹੂੰ ਤੇ ਕਈ ਲੋਕ ਆ ਜਿਹੜੇ ਉਹ ਆਪਣੀ ਗੱਲ ਕਿਸੇ ਦੇ ਉੱਤੇ ਪਾ ਦਿੰਦੇ ਬਲਾ ਕਿਸੇ ਹੋਰ ਦੇ ਉੱਤੇ ਪਾ ਦਿੰਦੇ ਆ ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਆਪਦੇ ਦੋਸਤ ਨੂੰ ਪੁੱਛਦਾ ਕਹਿੰਦਾ ਤੂੰ ਰੱਜ ਕੇ ਜਾਨਾ ਘਰੇ दारू ਦੇ ਨਾਲ ਟਨ ਹੋਇਆ ਹੁੰਨਾ ਬੋਤਲ ਰੋੜ ਕੇ ਜਾਨਾ ਤੇ ਤੈਨੂੰ ਘਰ ਵਾਲੀ ਕੁਝ ਕਹਿੰਦੀ ਨਹੀਂ ਕਹਿੰਦਾ ਕਹਿੰਦੀ ਆ ਕਹਿੰਦਾ ਵੀ ਕੀ ਆਖਦੀ ਆ ਕਹਿੰਦਾ ਉਹ ਹਮੇਸ਼ਾ ਇਹੀ ਕਹਿੰਦੀ ਆ ਵੀ ਤੇਰੇ ਦੋਸਤਾਂ ਦੇ ਕੀੜੇ ਪੈਣ ਮਰੀ ਜਾਣ ਜਿਹੜਾ ਤੈਨੂੰ ਪਿਆ ਕੇ ਤੋੜਦੇ ਨੇ ਗੱਲ ਇਹ ਹੈ ਕਿ ਬੰਦੇ ਦਾ ਹਾਜ਼ਰ ਜਵਾਬ ਹੋਣਾ ਜ਼ਰੂਰੀ ਹੁੰਦਾ ਚਾਣਾ ਸਾਹਿਬ ਪਰ ਕਈ ਵਾਰ ਹਾਜ਼ਰ ਜਵਾਬ ਵੀ ਪੁੱਠੀ ਪੈ ਜਾਂਦੀ ਹੁੰਦੀ ਹੈ ਕਈ ਵਾਰੀ ਬੰਦਾ ਜਦੋਂ ਮੂੰਹ ਚੋਂ ਗੱਲ ਕੱਢ ਦਿੰਦਾ ਨਾ ਉਹ ਆਪਣੇ ਵੱਲੋਂ ਤਾਂ ਕਿਸੇ ਹੋਰ ਅਰਥ ਦੇ ਵਿੱਚ ਕੱਢਦਾ ਪਰ ਉਹਦੇ ਅਰਥ ਕੁਝ ਹੋਰ ਹੀ ਨਿਕਲ ਜਾਂਦੇ ਹਨਾ ਆ ਤੁਸੀਂ ਵੇਖੋ ਸੁਖਵੀਰ ਬਾਦਲ ਹੋਰੀ ਹਰ ਵਾਰ ਮਤਲਬ ਮੈਂ ਬਹੁਤੀ ਵਾਰ ਹੋਣਾ ਤੇ ਮੂੰਹੇ ਗੱਲ ਸੁਣੀ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੀ ਗੱਲ ਆਉਂਦੀ ਹੈ ਤਾਂ ਸੁਖਬੀਰ ਬਾਦਲ ਹੋਰ ਹੀ ਕਹਿੰਦੇ ਨੇ ਕਿ ਉਹ ਇੱਕ ਮਿਸ ਗਾਈਡਡ ਮਿਜ਼ਾਈਲ ਆ ਜਿਹੜੀ ਸਿੱਧੀ ਨਾ ਚੱਲੀ ਤਾਂ ਪੁੱਠੀ ਤਾਂ ਜ਼ਰੂਰ ਚੱਲੂਗੀ ਹੈ ਨਾ ਵੀ ਜਿਹੜੀ ਜੇ ਦੂਜਿਆਂ ਤੇ ਡਿੱਗੀ ਤੇ ਆਪਣੇ ਤੇ ਤਾਂ ਜ਼ਰੂਰ ਡਿੱਗੂਗੀ ਸੋ ਇਸ ਬਿਆਨ ਤੋਂ ਬਾਅਦ ਸਿੱਧੂ ਸਾਹਿਬ ਕਾਫੀ ਭੜਕ ਗਏ ਦੇਖੋ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਇੱਕ ਚੈਨਲ ਦੇ ਉੱਤੇ ਨਾ ਮੈਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇੰਟਰਵਿਊ ਕੀਤੀ ਜੀ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਨਾ ਵੀ ਨਵਜੋਤ ਸਿੰਘ ਸਿੱਧੂ ਆ ਜਿਹੜੇ ਉਹ ਹੈਗੇ ਮਿਸਗਾਈਡਡ ਮਜ਼ਾਇਲ ਹਮ ਨਿਸ਼ਾਨੇ ਤੋਂ ਖੁੰਝੀ ਹੋਈ ਮਜ਼ਾਇਲ ਪਤਾ ਨਹੀਂ ਉਹਨੇ ਮੂਰਲੇ ਪਾਸੇ ਡਿੱਗ ਪੈਣਾ ਤੇ ਪਤਾ ਨਹੀਂ ਉਹਨੇ ਆਪ ਦੇ ਵਾਲੇ ਪਾਸੇ ਡਿੱਗ ਪੈਣਾ ਪਰ ਡਿੱਗਣਾ ਜ਼ਰੂਰ ਹਰ ਰੋਜ਼ ਹੁਣ ਕੱਲ ਇਹੀ ਗੱਲ ਸੁਖਬੀਰ ਸਿੰਘ ਬਾਦਲ ਖੋਲਾ ਨੇ ਫੇਰ ਕਹਤੀ ਉਹ ਕਹਿੰਦੇ ਵੀ ਨਵਜੋਤ ਸਿੰਘ ਸਿੱਧੂ ਦੇ ਕੋਲੇ ਬਸ ਉਹ ਪੰਜ ਸੱਤ ਜਿਹੜੇ ਡਾਇਲੌਗ ਜੇ ਆ ਰਟੇ ਰਟਾਏ ਉਹੀ ਆ ਉਦੇ ਕੋਲੇ ਉਹੀ ਪੰਜ ਸੱਤ ਗੱਲਾਂ ਇੱਧਰ ਗਿਆ ਇੱਧਰ ਕਹਿ ਦੇਣੀਆਂ ਇੱਧਰ ਗਿਆ ਇੱਧਰ ਕਰ ਦੇਣੀਆਂ ਉਹਨਾਂ ਡਾਇਲੋਗਾਂ ਦੇ ਨਾਲ ਉਹਨਾਂ ਸ਼ੇਰਾਂ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਖੁਸ਼ ਕਰਦੇ ਰਹੇ ਉਹਨਾਂ ਸ਼ੇਰਾਂ ਦੇ ਨਾਲ ਹੀ ਹੁਣ ਸੋਨੀਆ ਗਾਂਧੀ ਨੂੰ ਖੁਸ਼ ਕਰੀ ਜਾਂਦੇ ਆ ਇਸ ਬੰਦੇ ਦਾ ਸਟੈਂਡ ਕੋਈ ਨਹੀਂ ਇਹ ਮਿਸ ਗਿਆ ਜਿਹੜਾ ਮਜ਼ਾਇਲ ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁਛ ਜੇ ਤਾਂ ਇੱਕ ਕ੍ਰਿਕਟ ਖੇਡਦਾ ਸੀ ਉੱਥੇ ਲੜ ਪਿਆ ਜੇ ਭਾਜਪਾ ਚ ਗਿਆ ਉੱਥੇ ਨਹੀਂ ਚੰਗਾ ਲੱਗਾ ਕਾਂਗਰਸ ਦੇ ਵਿੱਚ ਹੁਣ ਕਲੇਸ਼ ਪਾਈ ਫਿਰਦਾ ਇਹਦਾ ਭਰੋਸਾ ਕੋਈ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਤੇ ਇਹਦਾ ਉੱਤਰ ਦਿੱਤਾ ਹੈਗਾ ਫਿਰ ਨਵਜੋਤ ਸਿੰਘ ਸਿੱਧੂ ਨੇ ਜੀ ਉਹਨੇ ਟਵੀਟ ਕਰਕੇ ਗੱਲ ਕਹੀ ਹੈ ਕਿ ਮੈਂ ਖੁੰਜੀ ਹੋਈ ਮਜ਼ਾਇਲ ਨਹੀਂ ਮੈਂ ਮਿਸ ਗਾਈਡਡ ਮਜ਼ਾਇਲ ਨਹੀਂ ਮੈਂ ਪੂਰੇ ਨਿਸ਼ਾਨੇ ਦੇ ਉੱਤੇ ਲੱਗਣ ਵਾਲੀ ਮਜ਼ਾਇਲ ਆ ਤੇ ਮੈਂ ਤੁਹਾਡੇ ਉੱਤੇ ਆਪਣਾ ਨਿਸ਼ਾਨਾ ਲਾ ਕੇ ਦਿਖਾਵਾਂ ਫਿਰ ਅਗਲੀ ਗੱਲ ਕਹੀ ਹੈ ਵੀ ਪੰਜਾਬੀਆਂ ਦੇ ਖੂਨ ਪਸੀਨੇ ਦੇ ਉੱਤੇ ਜਿਹੜਾ ਸੁਖ ਵਿਲਾਸ ਹੋਟਲ ਖੜਾ ਕੀਤਾ ਜੇਕਰ ਮੈਂ ਇਹਨੂੰ ਆਮ ਲੋਕਾਂ ਦੇ ਲਈ ਸਕੂਲ ਜਾਂ ਹਸਪਤਾਲ ਦੇ ਵਿੱਚ ਤਬਦੀਲ ਨਾ ਕਰ ਸਕਿਆ ਤਾਂ ਮੈਨੂੰ ਬੰਦਾ ਨਾ ਜਾਣਿਓ ਮੈਂ ਉਹਨਾਂ ਚਿਰ ਹਟਣਾ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਹੋਟਲ ਨੂੰ ਆਮ ਲੋਕਾਂ ਵਾਸਤੇ ਕੋਈ ਚੀਜ਼ ਬਣਾ ਕੇ ਨਹੀਂ ਛੱਡਦਾ ਪਰ ਟੈਣਾ ਸਾਹਿਬ ਜ਼ਿਆਦਾ ਵੱਡਾ ਚੈਲੰਜ ਨਹੀਂ ਹੋ ਗਿਆ ਕੁਝ ਦੇਖੋ ਰਾਜਨੀਤੀ ਦੇ ਵਿੱਚ ਚੈਲੰਜ ਹੀ ਆ ਹਾਂ ਰਾਜਨੀਤੀ ਦੇ ਵਿੱਚ ਗੱਲਾਂ ਤੇ ਗੱਲਾਂ ਲੋਕਾਂ ਨੂੰ ਸੁਆਦ ਲੱਗਦੀਆਂ ਚੰਗੀਆਂ ਲੱਗਦੀਆਂ ਲੋਕਾਂ ਨੇ ਥੋੜੀ ਸੋਚਣਾ ਵੀ ਭਾਈ ਇਓ ਕਿਵੇਂ ਹੋਜੂਗਾ ਆ ਕਿਵੇਂ ਹੋਜੂਗਾ ਲੋਕਾਂ ਨੇ ਉਹਨੇ ਸਵਾਲ ਕੀਤਾ ਉਹਨੇ ਠੋਕਤਾ ਹਾਂ ਉਹਨੇ ਸਿੱਧਾ ਹੀ ਕਹਿ ਦਿੱਤਾ ਫਿਰ ਸਿੱਧਾ ਹੀ ਹੋ ਗਿਆ ਉਹ ਪਰ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਤੇਵਰ ਹੁਣ ਥੋੜੇ ਜਿ ਬਦਲੇ ਹੋਏ ਨਜ਼ਰ ਆ ਰਹੇ ਨੇ ਔਰ ਜਿਹੜੀ ਚੀਜ਼ ਪਹਿਲਾਂ ਕਹਿ ਲਓ ਵੀ ਜਿਹੜੀ ਗੱਲ ਸੁਣ ਸੁਣ ਕੇ ਉਹ ਬਹੁਤ ਜ਼ਿਆਦਾ ਦੁਖੀ ਹੋ ਗਏ ਸੀ ਵੀ ਰਾਹੁਲ ਗਾਂਧੀ ਨੂੰ ਮਿਲਣ ਗਏ ਪਰ ਉਹ ਮਿਲੇ ਹੀ ਨਹੀਂ ਕਿਉਂਕਿ ਉਹਨਾਂ ਨੇ ਕਹਿਤਾ ਕਿ ਮੀਟਿੰਗ طے ਹੀ ਨਹੀਂ ਸੀ ਉਸ ਤੋਂ ਬਾਅਦ ਪ੍ਰਿਆੰਕਾ ਗਾਂਧੀ ਹੋਰਾਂ ਨੂੰ ਮਿਲੇ ਪਰ ਚਲੋ ਸ਼ਾਮ ਨੂੰ ਦੇ ਸ਼ਾਮ ਜਾ ਕੇ ਰਾਹੁਲ ਗਾਂਧੀ ਹੋਰਾਂ ਦੇ ਨਾਲ ਵੀ ਮੀਟਿੰਗ ਹੋਈ ਹੈ ਤੇ ਕਹਿੰਦੇ ਕਿ ਬਾਬਾ ਲੰਮੀ ਚੌੜੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਬਾਰੇ ਵਿਚਾਰਾ ਹੋਈਆਂ ਕਹਿੰਦੇ ਆ ਹਾਲਾਂਕਿ ਦੋਵਾਂ ਧਿਰਾਂ ਦੇ ਵਿੱਚੋਂ ਨਾ ਗਾਂਧੀ ਪਰਿਵਾਰ ਵੱਲੋਂ ਨਾ ਸਿੱਧੂ ਵੱਲੋਂ ਕੁਝ ਕਿਹਾ ਨਹੀਂ ਗਿਆ ਪਰ ਰਾਜਨੀਤਿਕ ਮਾਹਰ ਇਹ ਗੱਲ ਕਹਿੰਦੇ ਆ ਵੀ ਇਹਦੇ ਵਿੱਚ ਪ੍ਰਧਾਨਗੀ ਦੇ ਬਾਰੇ ਇਹਦੇ ਵਿੱਚ ਕੁਝ ਹੋਰ ਆਉਦਾਂ ਦੇ ਬਾਰੇ ਇਹਦੇ ਵਿੱਚ ਚੋਣ ਕਮੇਟੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਸਿੱਧੂ ਨੂੰ ਇੱਕ ਚੰਗਾ ਖੁਲਾਰਾ ਮਿਲਦਾ ਪ੍ਰਤੀਤ ਹੋਇਆ ਜੀ ਬਿਲਕੁਲ ਦੇਖਦੇ ਹਾਂ ਬਾਕੀ ਸਮਾਂ ਦੱਸ ਦੇਗਾ ਕੀ ਹੁੰਦਾ ਤੇ ਇੱਕ ਗੱਲ ਹੋਰ ਆ ਵੀ ਜਦੋਂ ਦੇਖਾਂਗੇ ਉਦੋਂ ਤਾਂ ਸਾਰਾ ਕੁਝ ਸਾਹਮਣੇ ਆਉਣਾ ਹੀ ਆ ਪਰ ਇਉਂ ਵੀ ਪ੍ਰਤੀਤ ਹੁੰਦਾ ਵੀ ਜੇਕਰ ਸਿੱਧੂ ਨੂੰ ਮਾਨ ਸਨਮਾਨ ਮਿਲ ਜਾਂਦਾ ਤਾਂ ਇਹ ਕੈਪਟਨ ਖੀਮੇ ਨੂੰ ਚੰਗਾ ਨਹੀਂ ਲੱਗਣਾ ਤੇ ਜੇਕਰ ਕੈਪਟਨ ਖੇਮੇ ਨੂੰ ਵੱਧ ਸਨਮਾਨ ਇਸ ਤੋਂ ਵੀ ਮਿਲਦਾ ਤਾਂ ਫਿਰ ਇਹ ਸਿੱਧੂ ਧੜੇ ਨੂੰ ਚੰਗਾ ਨਹੀਂ ਸੀ ਲੱਗਣਾ ਸੋ ਇਸ ਕਰਕੇ ਸ਼ਰੀਕ ਵੀ ਪੂਰੀ ਬਾਜ਼ਖ ਰੱਖ ਰਹੇ ਆ ਵੀ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਕਿੰਨਾ ਕੁ ਚਿਰ ਚੱਲਦੀ ਆ ਉਧਰੋਂ ਕਹਿੰਦੇ ਵੀ ਕੈਪਟਨ ਮਰਿੰਦਰ ਸਿੰਘ ਨੇ ਕਹਿਤਾ ਵੀ ਭਾੜੇ ਭੁੰਡੇ ਚੰਗੀ ਤਰ੍ਹਾਂ ਚਮਕਾ ਲਓ ਬਸ ਲੰਗਰ ਬਣਾਈ ਚੱਲੋ ਹੁਣ ਅੱਜ ਫੇਰ ਲੰਚ ਹੈ ਅੱਜ ਫੇਰ ਬੁਲਾਏ ਆ ਕਈ ਹਾਂ ਦੇਖਦੇ ਆ ਪਤਾ ਲੱਗਾ ਵੀ ਕੱਲ ਪਰਸੋ ਵੀ ਸੱਦੇ ਸੀਗੇ ਤੇ ਹੁਣ ਕਹਿੰਦੇ ਵੀ ਲਗਾਤਾਰ ਨਾ ਅਸੀਂ ਰੋਟੀ ਪਾਣੀ ਸ਼ਿਕਾਈ ਜਾਣਾ ਤੇ ਨਾਲੇ ਰੋਟੀ ਪਾਣੀ ਛਕਾਂਗੇ ਨਾਲੇ ਰੂਸਿਆ ਨੂੰ ਮਨਾਵਾਂਗੇ ਨਾਲੇ ਮੂੰਹ 'ਚ ਬੁਰਕੀਆਂ ਪਾਵਾਂਗੇ ਨਾਲੇ ਗੱਲਾਂਬਾਤਾਂ ਕਰਾਂਗੇ ਤੇ ਕਹਿੰਦੇ ਵੀ ਹੁਣ ਤਾਂ ਕੈਪਟਨ ਸਭ ਕੋਲੇ ਬਿਠਾ ਕੇ ਕਹਿ ਦਿੰਦੇ ਆ ਵੀ ਇਹ ਦੱਸੋ ਕੰਮ ਕਿਹੜੇ ਖੜੇ ਰਹਿੰਦੇ ਆ ਅੱਛਾ ਤੁਹਾਡੇ ਇਲਾਕੇ ਦੇ ਤੁਹਾਡੇ ਹਲਕੇ ਦੇ ਅਧਿਕਾਰਗਰਾਂ ਨੂੰ ਪਟੱਲੀ ਮਾਰਦੇ ਆ ਹੁਣ ਦੇਖ ਕਿਉਂ ਨਹੀਂ ਕੰਮ ਹੂੰ ਉਹ ਕਹਿੰਦੇ ਵੀ ਜੇ ਪਹਿਲਾਂ ਐ ਕਰਦੇ ਤਾਂ ਅੱਜ ਵਾਲਾ ਯਾਬੀ ਕਿਉਂ ਪੈਂਦਾ ਹੁਣ ਜੋ ਡੋਂਗੇ ਮਜਵਾਉਂਦੇ ਫਿਰਦੇ ਆ ਪਹਿਲਾਂ ਹੀ ਸਾਰਾ ਕੁਝ ਚਾਹੀਦਾ ਸੀ ਜੀ ਚੰਚ ਦਾ ਵਿਚਾਰ ਹਰਮੰਜੀ ਰਾਤ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਯਾਦ ਆਈ मच्छर आया करे कैप्टन प्रू करके जा करे मैं फिर कैप्टन ए करके जा करे मैं ऐ रह गया <laughs> ਬਿਜਲੀ ਦੇ ਕਟਾਂ ਤੋਂ ਬੜਾ ਪਰੇਸ਼ਾਨ ਹੋ ਕਹਿੰਦੇ ਹੁਣ ਅਸੀਂ ਬਿਜਲੀ ਸਰਪਲੱਸ ਹੋ ਗਈ ਆ ਹਾਂਜੀ ਤੇ ਬਸ ਸਰਪਲੱਸ ਹੋ ਗਈ ਆ ਸਰਸਵਾ ਹੋ ਗਈ ਆ ਭਾਈ ਜਦੋਂ ਦਾ ਕੇਜਰੀਵਾਲ ਹੋਰੀ ਕਹਿ ਕੇ ਗਏ ਆ ਨਾ 300 ਯੂਨਿਟ ਬਿਜਲੀ ਮੁਫਤ ਦਊ ਪਤਾ ਨਹੀਂ ਕੈਪਟਨ ਸਾਹਿਬ ਨੇ ਲੋਕਾਂ ਤੇ ਗੁੱਸਾ ਕੱਢ ਦਿੱਤਾ ਬਿਜਲੀ ਨਹੀਂ ਦਿੰਦੇ ਪਤਾ ਨਹੀਂ ਕੀ ਗੱਲ ਬਣ ਗਈ ਕਹਿੰਦੇ ਆਪਾਂ ਐਂ ਕਰਨਾ ਹਾਂ ਕਹਿੰਦੇ ਦੱਸ ਦੇ ਫਿਰ ਕੀ ਬਣਦਾ ਆਹੋ ਸੋ ਮੈਂ ਤਾਂ ਹੈਰਾਨ ਐ ਇਸ ਗੱਲ ਦੇ ਉੱਤੇ ਵੀ ਕਈ ਵਰਿਆਂ ਬਾਅਦ ਪੰਜਾਬ ਦੇ ਵਿੱਚ ਇੰਨੇ ਨੇ ਲੰਮੇ ਕਟ ਲੱਗਦੇ ਆ ਹਾਏ 8 8 ਘੰਟੇ 10 10 ਘੰਟੇ ਕਈਆਂ ਦੇ ਤਾਂ ਸਾਰੀ ਸਾਰੀ ਰਾਤ ਨਹੀਂ ਬੱਤੀ ਆਉਂਦੀ ਜਦੋਂ ਦੇ ਆ ਵੀ ਸਾਡੇ ਪਿੰਡਾਂ ਦੇ ਵਿੱਚ ਤਾਂ ਭਾਈ ਕੱਟ ਪਹਿਲਾਂ ਵੀ بڑے ਲੱਗਦੇ ਰਹੇ ਆ ਆ ਹੁਣ ਘਟੇ ਸੀ ਹੁਣ ਫੇਰ ਲੱਗਣ ਲੱਗ ਪਏ ਆ ਤਾਂ ਮੇਡੂ ਲੱਗਦਾ ਵੀ ਇਹ ਤਾਂ ਫਿਰ ਆਪਣੀਆਂ ਪੁਰਾਣੀਆਂ ਰਵਾਈਤਾਂ ਉਹ ਆਪਣਾ ਅਤੀਤ ਇਹ ਭੁੱਲਣਾ ਨਹੀਂ ਚਾਹੁੰਦੇ ਇਹ ਬਸ ਦੱਸਣਾ ਹੀ ਚਾਹੁੰਦੇ ਵੀ ਭਾਈ ਆਪਾਂ ਉੱਥੇ ਹੀ ਖੜੇ ਆ ਆਪਾਂ ਬਸ ਆਪਦੇ ਅਤੀਤ ਨੂੰ ਵਿਸਾਰਨਾ ਨਹੀਂ ਗਾ। ਵੈਸੇ ਗੱਲ ਇੱਕ ਹੈ ਟਾਣਾ ਸਾਹਿਬ ਵੀ ਚਾਹੇ ਹੋਵੇ ਕੇਂਦਰ ਦੀ ਸਰਕਾਰ ਚਾਹੇ ਹੋਵੇ ਸੂਬੇ ਦੀ ਸਰਕਾਰ ਇਹ ਜ਼ਿਆਦਾ ਕੋਸ਼ਿਸ਼ਾਂ ਚ ਨਹੀਂ ਲੱਗੇ ਹੋਏ ਵੀ ਅਸੀਂ ਆਪਣੇ ਵਿਰਸੇ ਨਾਲ ਆਪਣੇ ਪਛੋਕੜ ਨਾਲ ਜੁੜੇ ਰਹੀਏ ਕਿਉਂਕਿ ਜਿਵੇਂ ਸਾਹ ਦੇ ਨਾਲ ਮੰਗਾਈ ਵਧ ਰਹੀ ਹੈ ਤੇਲ ਦੀਆਂ ਕੀਮਤਾਂ ਵਧ ਰਹੀਆਂ ਨੇ ਸਿਲੰਡਰ ਦੀਆਂ ਕੀਮਤਾਂ ਵਧ ਰਹੀਆਂ ਉਹ ਹੱਬ ਨਾਲ ਤਾਂ ਚੁੱਲ੍ਹੇ ਚੌਂਕਿਆਂ ਤੇ ਫਿਰ ਤੋਂ ਆਣਾ ਪਊਗਾ। ਮੈਨੂੰ ਤਾਂ ਇਉਂ ਲੱਗਦਾ ਵੀ ਮੋਦੀ ਸਾਹਿਬ ਦੇ ਕਰਕੇ ਮੁੜ ਕੇ ਰੇੜੇ ਆ ਜਾਣੇ ਆ। ਹਾਂਜੀ ਕਿਉਂਕਿ 170 ਰੁਪਏ ਪੈਟਰੋਲ ਕਈ ਥਾਵਾਂ ਤੇ ਹੋ ਗਿਆ। ਜੀ ਪੰਜਾਬ ਦੇ ਵਿੱਚ 102 ਰੁਪਏ ਨੂੰ ਤਰੀਰ ਕਰਕੇ ਪਖੜੀਆਂ ਫੇਰ ਕਰੜੀਆਂ ਪੜੀਆਂ ਪੇਟੀ ਦੇ ਵਿੱਚੋਂ ਵੀ ਚਲੋ ਵੀ ਪੱਖੀ ਘੁਮਾਓ ਆ ਬਗਰਲ ਦਾ ਲਾ ਲਓ ਦੋਵੇਂ ਆਪਾਂ ਨੂੰ ਕੰਮ ਦੇਣਗਾ ਦੇਖੋ ਅਸੀਂ ਪਹਿਲਾਂ ਹੀ ਸਿਆਣੇ ਸੀ ਟਾਣਾ ਸਾਹਿਬ ਸਾਨੂੰ ਪਤਾ ਸੀ ਸਰਕਾਰਾਂ ਦੀਆਂ ਨੀਤੀਆਂ ਦਾ ਇਸ ਲਈ ਅਸੀਂ ਪੱਖੀਆਂ ਦਾ ਵੀ ਪ੍ਰਬੰਧ ਕਰ ਲਿਆ ਸਾਈਕਲ ਦਾ ਵੀ ਪ੍ਰਬੰਧ ਕਰ ਲਿਆ ਸਹੀ ਗੱਲ ਆ ਆਪਣੇ ਕੋਲ ਹੀ ਆ ਆਪਾਂ ਨੂੰ ਕੁੱਤੀ ਲੋੜ ਦੇ ਵਿੱਚ ਲਗਾਤਾਰ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਆ ਤੇ ਜੇ ਕਿਸੇ ਮੰਤਰੀ ਸੰਤਰੀ ਨੂੰ ਪੁੱਛਦੇ ਆ ਉਹ ਕਹਿੰਦੇ ਨੇ ਜੀ ਡੈਮ ਦੇ ਨਾ ਦੋ ਯੂਨਿਟ ਖਰਾਬ ਹੋ ਗਏ ਆ ਕੋਈ ਕਹਿੰਦਾ ਵੀ ਡੂੜਕ ਚੱਲਦਾ ਹੁਣ ਕੋਈ ਕਹਿੰਦਾ ਜੀ ਤਿੰਨ ਖਰਾਬ ਹੋਏ ਪਏ ਆ ਸੋ ਭਾਈ ਇਹ ਤੁਸੀਂ ਠੀਕ ਕਰਾਉਣੇ ਆ ਕਿ ਮੈਂ ਇਥੋਂ ਮਿੰਦਾ ਮਿਸਤਰੀ ਭੇਜਿਆ ਕਰਾਂ ਜਾਂ ਮੈਂ ਆਪ ਜਾ ਕੇ ਵੇਖਾ ਬੈਲਾ ਆ ਮੈਨੂੰ ਪਾਨਾ ਫੜਾ ਦਿਓ ਮੈਂ ਤੁਹਾਡੇ ਸਾਰੇ ਠੀਕ ਕਰਿਆ ਹਾਂ ਜਨਤਾ ਬਿਜਲੀ ਦਾ ਬਿੱਲ ਲੈਣਾ ਐਡਾ ਫਰਲਾ ਕੱਢ ਕੇ ਫੜਾ ਜੰਦਾ ਉਹ ਕੀ 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 ਮਸ਼ੀਨ ਦੀ ਉਹਦੀ ਕਰੀ ਜਾਂਦੀ ਆ ਫਿਰ ਗੱਲ ਹੀ ਆ ਟਹਿਣਾ ਸਾਹਿਬ ਵੀ ਅੱਜ ਤੱਕ ਕਦੇ ਵੀ ਕਿਸੇ ਰਾਜਨੀਤੀਵਾਨ ਨੇ ਗੱਲ ਨਹੀਂ ਛੇੜੀ ਕਿ ਬਿਜਲੀ ਦਾ ਬਿੱਲ 2 ਮਹੀਨਿਆਂ ਦਾ ਕਿਉਂ ਆਉਂਦਾ ਜਦ ਅਸੀਂ ਹਰ ਚੀਜ਼ ਦਾ ਜਿਹੜਾ ਕਰਾਇਆ ਹੈ ਉਹ ਮਹੀਨਾ ਬੱਧੀ ਦੇਨੇ ਤਨਖਾਹ ਮਹੀਨੇ ਬਾਅਦ ਮਿਲਦੀ ਆ ਅਸੀਂ ਵੈਸੇ ਜੇ ਕਿਰਾਏ ਤੇ ਘਰ ਲਿਆ ਤਾਂ ਉਹ ਮਹੀਨੇ ਬਾਅਦ ਉਹਦਾ ਕਿਰਾਇਆ ਦੇਣਾ ਹੈ ਹੋਰ ਜਿੰਨਾ ਵੀ ਚੀਜ਼ਾਂ ਸਾਰੀਆਂ ਮਹੀਨਿਆਂ ਬੱਧੀ ਐ ਤੇ ਫਿਰ ਬਿਜਲੀ ਦਾ ਬਿੱਲ 2 ਮਹੀਨਿਆਂ ਦਾ ਕਿਉਂ ਆਉਂਦਾ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਈ ਵੀ ਸਾਡੇ ਮੀਟਰ 'ਚ ਕਿਹੜ ਚਾਰਜ ਇੰਨਾ ਸਾਈਕਲ ਚਾਰਜ ਇੰਨਾ ਵੀ ਮੈਂ ਤਾਂ ਕਦੇ ਵੇਖਿਆ ਨਹੀਂ ਬੰਦਾ ਸਾਈਕਲ ਤੇ ਆਉਂਦਾ ਹੋਵੇ ਹਾਏ ਹਾਏ ਤੁਸੀਂ ਵੇਖੋ ਗਊ ਸੱਸ ਅਸੀਂ ਦਈ ਜਾਂਦੇ ਆ ਉਹਦੇ ਉੱਤੇ ਬਿਜਲੀ ਦਾ ਬਿੱਲ ਤੇ ਹਨਾ ਤੇ ਗਾਵਾਂ ਤਾਂ ਵੀ ਸੜਕਾਂ ਦੇ ਉੱਪਰ ਨੇ ਉਸ ਤੋਂ ਬਾਅਦ ਤੁਸੀਂ ਇਹ ਵੇਖੋ ਵੀ ਯੂਨਿਟ ਜਿਹੜੀ ਆ ਉਹ ਪਹਿਲੀਆਂ ਯੂਨਟਾਂ ਜਿਹੜੀਆਂ 100 300 ਤੱਕ ਆ ਮੇਰੇ ਖਿਆਲ ਉਹਦਾ ਕੁਝ ਹੋਰ ਰੇਟ ਹੁੰਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਯੂਨਟਾਂ ਵਧਦੀਆਂ ਨੇ ਤੇ ਮਿੱਤੇ ਮੇ ਰੇਟ ਵੀ ਵਧਦਾ ਰਹਿੰਦਾ ਤੇ ਫਿਰ ਦੋ ਦੋ ਮਹੀਨਿਆਂ ਦੇ ਬਿੱਲ ਕਿਉ ਲੈਂਦੇ ਹੋ ਲੋਕਾਂ ਦੀ ਛਿੱਲ ਕਿਉ ਲਾਈ ਜਾਂਦੇ ਹੋ ਮਹੀਨਾਵਾਰੀ ਬਿੱਲ ਹੋਣੇ ਚਾਹੀਦੇ ਨੇ ਮੈਂ ਤਾਂ ਨਾ ਬ ਲੋਕ ਬੋਲਦੇ ਆ ਕਿਸਾਨ ਬੋਲਦੇ ਸਿਰਫ ਕਿਸਾਨ ਬੋਲਦੇ ਆ ਇੱਥੇ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਸਿਰਫ ਕਿਸਾਨ ਹੀ ਬੋਲ ਰਹੇ ਆ ਜ਼ਮੀਨਾਂ ਨੂੰ ਫਸਲਾਂ ਨੂੰ ਨਸਲਾਂ ਨੂੰ ਬਚਾਉਣ ਦੇ ਲਈ ਸਿਰਫ ਕਿਸਾਨ ਸੜਕਾਂ ਤੇ ਬੈਠੇ ਆ ਆ ਬਿਜਲੀ ਦੇ ਮੁੱਲ ਦੇ ਵਿੱਚ ਵਾਧਾ ਹੋ ਜਾਂਦਾ ਜਦੋਂ ਉਦੋਂ ਵੀ ਸਿਰਫ ਕਿਸਾਨ ਬੋਲਦੇ ਆ ਆ ਬਿਜਲੀ ਦੇ ਕਟ ਲਗਾਤਾਰ ਲੱਗ ਰਹੇ ਆ ਫਿਰ ਵੀ ਸਿਰਫ ਕਿਸਾਨ ਹੀ ਬੋਲ ਰਹੇ ਆ ਆ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਇਸ ਮਹਿੰਗਾਈ ਦੇ ਖਿਲਾਫ ਵੀ ਇਕੱਲੇ ਕਿਸਾਨ ਹੀ ਬੋਲਦੇ ਆ ਪੈਟਰੋਲ ਡੀਜ਼ਲ ਦੀਆਂ ਵਾਧੀਆਂ ਕੀਮਤਾਂ ਦੇ ਖਿਲਾਫ ਵੀ ਇਕੱਲੇ ਕਿਸਾਨ ਬੋਲ ਤੇ ਬਾਕੀ ਕਿਹੜਾ ਮਰਗੇ ਜੇ ਕਿਸਾਨ ਬੋਲ ਸਕਦੇ ਆ ਤੁਸੀਂ ਵੀ ਇਸ ਭਾਰਤ ਦੇ ਵਾਸੀ ਹੋ ਕੁਝ ਨਾ ਕੁਝ ਕਰੋ ਕੋਈ ਮੜਾ ਮੋਟਾ ਹਲੂਣਾ ਮਾਰੋ ਸਰਕਾਰ ਨੂੰ ਚੇਤੇ ਕਰਾਓ ਵੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਸੀ ਜਨਾਬ ਸਾਹਿਬ ਮੈਂ ਕਿਸੇ ਇੱਕ ਮੁਲਕ ਦੇ ਬਾਰੇ ਚ ਪੜ੍ਹ ਰਹੀ ਸੀ ਸ਼ਾਇਦ ਜਰਮਨੀ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ ਉੱਥੇ ਕਹਿੰਦੇ ਕਿ ਇੱਦਾਂ ਹੀ ਸਰਕਾਰ ਨੇ ਬਿਨਾਂ ਦੱਸੇ ਜਿਹੜੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਤੇ ਲੋਕਾਂ ਦੇ ਵਿੱਚ ਇੱਕ ਐਨਾ ਸੀ ਕਿ ਲੋਕਾਂ ਨੇ ਜਿਹੜੇ ਹਾਈਵੇ ਸੀ ਉੱਥੇ ਲ ਜਾ ਕੇ ਆਪਣੀਆਂ ਗੱਡੀਆਂ ਖੜੀਆਂ ਕਰ ਦਿੱਤੀਆਂ ਤੇ ਉੱਥੇ ਖੜੀਆਂ ਕਰਕੇ ਛੱਡ ਆਏ ਵਾਪਸ ਘਰਾਂ ਨੂੰ ਆ ਗਏ ਵੀ ਆਹ ਖੜੀਆਂ ਗੱਡੀਆਂ ਸਾਨੂੰ ਨਹੀਂ ਚਾਹੀਦੀਆਂ ਵੀ ਇੰਨੀ ਤੇਲ ਦੀ ਕੀਮਤ ਆ ਵੀ ਅਸੀਂ ਮਹਿੰਗਾਈ ਨਹੀਂ ਚੱਲ ਸਕਦੇ ਤੇ ਕੁਝ ਘੰਟਿਆਂ ਦੇ ਵਿੱਚ ਹੀ ਸਰਕਾਰ ਹੋਈਆਂ ਕੀਮਤਾਂ ਵਾਪਸ ਲੈਣੀਆਂ ਪਈਆਂ ਸੀ ਸਾਡੇ ਦੇਸ਼ ਦੇ ਵਿੱਚ ਇੰਨੇ ਗੈਰਤਮੰਦ ਨਹੀਂ ਹੈਗੇ ਸਾਡੇ ਤਾਂ ਇਹ ਆ ਵੀ ਧਰਮ ਦਾ ਮੁੱਦਾ ਹੋਵੇ ਫੇਰ ਤਾਂ ਭਾਵੇਂ ਗੱਡੀਆਂ ਛੱਡ ਕੇ ਜੋ ਮਰਜ਼ੀ ਖੜਵਾ ਲਓ ਹੂੰ ਪਰ ਉਹਦਾ ਨਹੀਂ ਉਹਦਾ ਤਾਂ ਅਸੀਂ ਭਾਰ ਸਹਿਨੇ ਆ ਉਹ ਸਾਡੇ ਤੇ ਥੋੜਾ ਥੋੜਾ ਭਾਰ ਪਾਉਂਦੇ ਅੱਜ 25 ਪੈਸੇ ਦਾ ਕੱਲ ਨੂੰ ਸਵਾਰ ਰੁਪਏ ਦਾ ਆਪਾਂ ਕਹਿੰਦੇ ਹੂੰ ਤੰਗ ਆ ਹੂੰ ਫੇਰ ਉੱਥੇ ਹੀ ਆ ਜਾਂਦੇ ਆ ਮੈਨੂੰ ਇਹ ਇੱਕ ਗੱਲ ਚੇਤੇ ਆ ਗਈ ਸਮਾਨਾ ਥੋੜਾ ਜਿਹਾ ਵੱਧ ਜੇ ਉਹ ਇਹ ਆ ਕਹਿੰਦੇ ਵੀ ਇੱਕ ਵਾਰੀ ਨਾ ਇੱਕ ਰਾਜਾ ਉਹ ਚਾਹੁੰਦਾ ਸੀਗਾ ਕਿ ਮੈਂ ਪਰਜਾ ਦਾ ਨਾ ਕੋਈ ਨੁਕਸਾਨ ਨਾ ਕਰਾਂ ਆਰਥਿਕ ਦੌਰ ਤੇ ਪਰ ਉਹਦਾ ਖਜ਼ਾਨਾ ਖਾਲੀ ਸੀ ਉਹਦੇ ਜਿਹੜੇ ਸਲਾਹਕਾਰ ਨੇ ਕਿਹਾ ਵੀ ਮਹਾਰਾਜ ਜੀ ਆਪਾਂ ਨੇ ਇਹਨਾਂ ਲੋਕਾਂ ਦੇ ਉੱਤੇ ਨਾ 10% ਟੈਕਸ ਵਧਾ ਲੀਏ ਹੂੰ ਉਹ ਕਹਿੰਦਾ ਵੀ ਲੋਕ ਮਾਰੇ ਜਾਣਗੇ ਆਪਾਂ ਇਹ ਨਾ ਕਰੀਏ ਉਹ ਕਹਿੰਦਾ ਜੀ ਚਾਰ ਕਿ ਦਿਨੀ ਰੌਲਾ ਪਾਉਣਗੇ ਫਿਰ ਇਹ ਹਟ ਜਾਂਦੇ ਹੁੰਦੇ ਆ ਉਹਨਾਂ ਨੇ ਵਧਾਤਾ ਖਜ਼ਾਨਾ ਭਰ ਗਿਆ ਹੁਣ ਰਾਜਾ ਕਹਿੰਦਾ ਵੀ ਆਪਾਂ ਟੈਕਸ ਵਾਪਸ ਲੈ ਲੀਏ ਕਦੋਂ ਨਾ ਪਤਾ ਨਹੀਂ ਹੁੰਦਾ ਓਖੇ ਵੇਲੇ ਦਾ ਹੂੰ ਇਹਨਾਂ ਦੇ ਉੱਤੇ ਥੋੜਾ ਜਿਹਾ ਹੋਰ ਭਾਰ ਪਾ ਗਏ ਹੂੰ ਖਜ਼ਾਨਾ ਦੁਗਣਾ ਚੌਗਣਾ ਕਰ ਲੀ ਗਏ ਉਹ ਜੀ 20% ਕਰਤਾ 20 ਫੀਸ ਦੀ ਲੋ ਜੀ ਰਾਜਾ ਕਹਿੰਦਾ ਵੀ ਹੁਣੇ ਕਲਪ ਜਾਣਗੇ ਹੁਣੇ ਸੜਕਾਂ ਦੇ ਉੱਤੇ ਆ ਜਾਣਗੇ ਨਾ ਫੇਰ ਕੋਈ ਨਹੀਂ ਆਇਆ ਫੇਰ ਉਹ ਕਹਿੰਦਾ ਵੀ ਇਹਨਾਂ ਦੇ ਉੱਤੇ ਨਾ 50% ਦੀ ਪਾਈਏ ਬੋਝ ਆਪਾ ਰਾਜਾ ਕਹਿੰਦਾ ਹੁਣ ਤਾਂ ਛੇਤਰ ਮਾਰਨਗੇ ਇਹ ਉਹ ਕਹਿੰਦਾ ਨਾ ਜੀ ਇਹ ਪੰਜ ਸੱਤ ਦਿਨ ਹੀ ਰੌਲਾ ਪਾਉਂਦੇ ਹੁੰਦੇ ਫੇਰ ਹਟ ਜਾਂਦੇ ਆ ਲੋ ਜੀ 50% ਦੀ ਕਰਤਾ ਖਜ਼ਾਨਾ ਪੂਰੇ ਅੰਬਾਰ ਲੱਗੇ ਤੇ ਲੋਕ ਫੇਰ ਨਹੀਂ ਬੋਲੇ ਚਾਰ ਦਿਨ ਕੁ ਸਰਮਸਰਜ ਕਰਕੇ ਰਾਜੇ ਨੇ ਇੱਕ ਦਿਨ ਕਿਹਾ ਵੀ ਲੋਕਾਂ ਨੂੰ ਹਲੂਣਾ ਦੇਗੇ ਮੜਾ ਮੋਟਾ ਆਉਣੇ ਚੱਲ ਕੇ ਗੈਰਤਮੰਦ ਬੰਨ ਕਦੇ ਸਵਾਲ ਕਰਨ ਉਹ ਕਹਿੰਦਾ ਜੀ ਇਹਨਾਂ ਨੂੰ ਨਾ 50% ਟੈਕਸ ਲੈ ਕੇ ਤੇ ਇਹਨਾਂ ਦੇ 5-5 ਛਿੱਤਰ ਵਾਰਿਆ ਕਰੋ। ਹੂੰ। ਲਓ ਜੀ ਹੁਣ ਲੋਕ ਇਕੱਠੇ ਹੋ ਕੇ ਆ ਗਏ ਰਾਜੇ ਦੇ ਮੂਹਰੇ। ਤੇ ਜਿਹੜਾ ਸਭ ਤੋਂ ਸਿਆਣਾ ਬੰਦਾ ਮੂਹਰੇ ਲਾ ਕੇ ਲਿਆਏ ਸੀ ਉਹ ਕਹਿੰਦਾ ਮਹਾਰਾਜ ਸਾਡੀ ਇੱਕੋ ਬੇਨਤੀ ਹੈ ਵੀ ਛਿੱਤਰ ਭਾਵੇਂ ਸਾਡੇ ਤੁਸੀਂ 5-5 ਦੀ ਥਾਂ ਤੇ 15-15 ਮਾਰ ਲਓ। ਪਰ ਨਾ ਸਮਾਂ ਬਹੁਤ ਲੱਗ ਜਾਂਦਾ। ਆ ਛਿੱਤਰ ਮਾਰਨ ਵਾਲੇ ਬੰਦੇ ਹੋਰ ਭਰਤੀ ਕਰੋ ਅਸੀਂ ਕੰਮ ਤੇ ਵੀ ਜਾਣਾ ਹੁੰਦਾ। ਇੱਥੇ ਛਿੱਤਰ ਵੀ ਖਾਣੇ ਆਸੀਂ। ਜੀ। ਸਾਰਾ ਕੁਝ ਖਾਣੇ ਆ। ਪਰ ਫਿਰ ਵੀ ਕਹਿੰਨੇ ਬੱਸ ਆਟਾ ਦੇ ਦਿਓ। ਹਾਂ। ਆ ਦਾਲ ਦੇ ਦਿਓ। ਹਾਂ। ਚੰਚਦਾ ਵੀਚਾਰ ਲੋ ਹਰਮਨਜੀਤ ਕੱਲ ਤਾਂ ਰੇਤਾ ਨਾ ਫੜਿਆ ਗਿਆ ਹਾਂ ਰੇਤਾ ਫੜਿਆ ਗਿਆ ਨਹੀਂ ਬੰਦੇ ਫੜੇ ਜਾਣੇ ਸੀ ਮਤਲਬ ਲਾਈਵ ਫੜਿਆ ਗਿਆ ਹਾਂ ਕੱਲੇ ਕੱਲੇ ਪੰਜਾਬੀ ਨੇ ਮੈਨੂੰ ਲੱਗਦਾ ਹੁਣ ਤੱਕ ਵੀਡੀਓ ਵੇਖ ਲਈ ਹੋਊਗੀ ਬਿਲਕੁਲ ਲੈ ਦੇਖੋ ਕਿੰਨੇ ਮੁਸਤੈਦ ਆ ਮਤਲਬ ਹੁਣ ਤਾਂ ਵਿਰੋਧੀ ਧਿਰ ਵੀ ਨਹੀਂ ਸੱਤਾਧਾਰੀ ਧਿਰ ਵੀ ਨਹੀਂ ਕੀ ਕਵਾਂ ਕੁਝ ਕਹਿ ਲੋ ਪਰ ਲੋਕਾਂ ਨੂੰ ਉਸੇ ਭਾਈ ਮਿਲਣਾ ਛਾਪਾ ਭਾਵੇਂ ਇੱਕ ਵਾਰੀ ਵਜੇ ਤੇ ਭਾਵੇਂ 20 ਵਾਰੀ ਵਜੇ ਜਦੋਂ ਪਿਛਲੀ ਸਰਕਾਰ ਸੀ ਉਦੋਂ ਲੋਕਾਂ ਦੀ ਇੱਕ ਧਾਰਨਾ ਬਣ ਗਈ ਸੀ ਵੀ ਇੱਕ ਕਣਕ ਦੀ ਟਰਾਲੀ ਲੈ ਕੇ ਜਾਓ ਉਹਨੂੰ ਵੇਚ ਕੇ ਆਉਂਦੇ ਹੋਏ ਇੱਕ ਰੇਤ ਦੀ ਟਰਾਲੀ ਭਰ ਲਿਓ ਯਾਨੀ ਕਿ ਕਣਕ ਤੇ ਰੇਤ ਦਾ ਭਾਅ ਇੱਕ ਸਮਾਨ ਹੋ ਗਿਆ ਉਦੋਂ ਕਾਂਗਰਸੀ ਪਿੱਟਦੇ ਹੁੰਦੇ ਸੀ ਆ ਦੇਖੋ ਜੀ ਰੇਤ ਦੀਆਂ ਕੀਮਤਾਂ ਵਧ ਗਈਆਂ ਗਰੀਬ ਬੰਦਾ ਘਰ ਕਿਵੇਂ ਬਣਾਊਗਾ ਦੁਕਾਨ ਕਿਵੇਂ ਪਾਊਗੀ ਇਹ ਤਾਂ ਜੀ ਹੱਥ ਖੜੇ ਆ ਇਹਨਾਂ ਨੇ ਤਾਂ ਤਰਾ ਤਰਾ ਕਰਤਾ ਇਹਨਾਂ ਨੇ ਕੱਖ ਨਹੀਂ ਸਵਾਰਿਆ ਪੰਜਾਬ ਦਾ ਤੇ ਹੁਣ ਅਕਾਲੀ ਦਲ ਦੇ ਆਗੂਆਂ ਨੂੰ ਇਸ ਗੱਲ ਦਾ ਫਿਕਰ ਆ ਵੀ ਭਾਈ ਨਜਾਇਜ਼ ਮਾਈਨਿੰਗ ਬਹੁਤ ਹੁੰਦੀ ਆ ਰੇਤ ਮਹਿੰਗੀ ਬਹੁਤ ਹੋ ਗਈ ਆ ਜਿਹੜੇ ਇਹਨਾਂ ਦੇ ਐਮ ਐਲ ਏ ਆ ਉਹਨਾਂ ਦਾ ਵਿੱਚ ਹਿੱਸਾ ਪਤੀ ਹੈਗਾ ਤੇ ਕੱਲ ਸੁਖਬੀਰ ਸਿੰਘ ਬਾਦਲ ਨੇ ਪੂਰਾ ਆਪਣਾ ਨਾਲ ਲਿਜਾ ਕੇ ਲਾਮ ਲ ਉਹਨਾਂ ਨੇ ਬਿਆਸ ਦਰਿਆ ਦੇ ਉੱਤੇ ਛਾਪਾ ਮਾਰਿਆ ਪਰ ਟੈਣਾ ਸਭ ਇੱਕ ਸਵਾਲ ਸੀ ਚਲੋ ਚੰਗਾ ਕੀਤਾ ਛਾਪਾ ਮਾਰਿਆ ਐਟਲੀਸਟ ਘੱਟੋ ਘੱਟ ਕੋਈ ਤਾਂ ਸੋਚ ਰਿਹਾ ਲੋਕਾਂ ਬਾਰੇ ਪਰ ਇੰਨੀ ਦੇਰ ਹੀ ਨਾਲ ਉਹ ਕਿਹੜਾ ਕਾਲੀ ਮਾਈਨਿੰਗ ਸ਼ੁਰੂ ਹੋਈ ਸੀ ਦੇਖੋ ਹੋਈ ਤਾਂ ਬਹੁਤ ਚਿਰ ਦੀ ਹੈ ਕਦੇ ਬੰਦ ਹੋਈ ਨਹੀਂ ਅਸਲ ਵਿੱਚ ਸ਼ੁਰੂ ਤਾਂ ਹੋਵੇ ਜਾਂ ਕਦੇ ਬੰਦ ਹੋਈ ਹੋਵੇ ਬਹੁਤ ਸਾਰੇ ਨੇਤਾ ਅੱਜ ਵੀ ਇਹੋ ਜਿਹੇ ਆ ਜਿਨ੍ਹਾਂ ਦਾ ਹਿਸਾਪੱਤੀ ਚੱਲਦਾ ਬਹੁਤ ਸਾਰੇ ਨੇਤਾ ਪਹਿਲਾਂ ਵੀ ਸੀ ਜਿਨ੍ਹਾਂ ਦਾ ਹਿਸਾਪੱਤੀ ਚੱਲਦਾ ਬਸ ਇਹ ਤਾਂ ਇੱਕ ਮੁੱਦਾ ਹੈ ਹੂੰ ਪੰਜਾਬ ਦੇ ਵਿੱਚ ਇਕੱਲੇ ਮੁੱਦੇ ਆ ਕਿਸੇ ਮੁੱਦੇ ਦਾ ਹੱਲ ਹੈ ਨਹੀਂ ਗਾ ਸੋ ਇਸ ਕਰਕੇ ਸੁਖਬੀਰ ਸਿੰਘ ਬਾਦਲ ਜਦੋਂ ਗਏ ਉਹਨਾਂ ਨੇ ਕਈ ਘੰਟੇ ਉੱਥੇ ਲਾਏ ਆ ਟਿਪਰਾਂ ਵਾਲੇ ਟਿਪਰ ਛੱਡ ਕੇ ਭੱਜ ਗਏ ਟਰੱਕਾਂ ਵਾਲੇ ਟਰੱਕ ਛੱਡ ਕੇ ਭੱਜ ਗਏ ਜੀਸੀਬੀ ਮਸ਼ੀਨਾਂ ਵਾਲੇ ਭੱਜ ਗਏ ਟਰਾਲੀਆਂ ਵਾਲੇ ਭੱਜ ਗਏ ਤੇ ਉੱਥੇ ਸੁਖਬੀਰ ਸਿੰਘ ਬਾਦਲ ਨੇ ਅਧਿਕਾਰੀ ਸਾਰੇ ਸੱਦੇ ਕਹਿੰਦੇ ਵੀ ਆ ਦੇਖੋ ਤੁਸੀਂ ਕਿਵੇਂ ਕੁਦਰਤ ਦੇ ਸੋਮਿਆਂ ਦਾ ਕਾਣ ਕਰੀ ਜਾਂਦੇ ਆ ਇਹ ਗਲਤ ਕਰਦੇ ਤੁਸੀਂ ਹਾਂ ਜਦੋਂ ਉਹਨਾਂ ਦੀ ਸਰਕਾਰ ਸੀ 10 ਸਾਲ ਲਗਾਤਾਰ ਬਿਲਕੁਲ ਨਹੀਂ ਸੀ ਹੋਇਆ ਉਦੋਂ ਕਦੋਂ ਰੇਤ ਮੁਫਤ ਦੇ ਭਾਅ ਮਿਲਦੀ ਰਹੀ ਹੈ ਇਹੋਂ ਥੋੜੀ ਹੁੰਦਾ ਫਿਰ ਬਾਅਦ ਦੇ ਵਿੱਚ ਜਿਹੜੇ ਇਹ ਠੇਕੇਦਾਰ ਆ ਇਹਨਾਂ ਨੇ ਹੋਰ ਪਲਟਬਾ ਦੀ ਮਾਰ ਲਈ ਇਹ ਕਹਿੰਦੇ ਜੀ ਇਹ ਤਾਂ ਅਸੀਂ ਗੈਰ ਕਾਨੂੰਨੀ ਕਰਦੇ ਹੀ ਨਹੀਂ ਇਹ ਕਾਨੂੰਨੀ ਆ ਕਹਿੰਦੇ ਇਹ ਤਾਂ ਕਾਨੂੰਨੀ ਤੌਰ ਦੇ ਉੱਤੇ ਆ ਨਿਯਮਾਂ ਦੇ ਮੁਤਾਬਕ ਕਰ ਰਹੇ ਆ ਸਾਰਾ ਕੁਝ ਠੀਕ ਕਰ ਰਹੇ ਆ ਹੁਣ ਲੋਕ ਫੇਰ ਸੱਚੋ ਪੰਚ ਯਕੀਨ ਕੀਦਾ ਮੰਨੀਏ ਗੱਲ ਇਹ ਹੈ ਟਾਣਾ ਸਾਹਿਬ ਕਿ ਜਦੋਂ ਤਾਂ ਮਤਲਬ ਉਹਨਾਂ ਦੀ ਸਰਕਾਰ ਸੀ ਹਨਾ ਬਦਲਸਾਲ ਦੀ ਸਰਕਾਰ ਸੀ ਉਹ ਤਾਂ ਕਾਂਗਰਸ ਹੀ ਸਭ ਤੋਂ ਵੱਧ ਰੌਲਾ ਪਾਉਂਦੇ ਹੁੰਦੇ ਸੀ ਕੁਦਰਤੀ ਸੋਮੇ ਤਬਾਹ ਹੋ ਗਏ ਕੇਵਲ ਮਾਫੀਆ ਖਤਮ ਕਰ ਦਾਂਗੇ ਲੈਂਡ ਮਾਫੀਆ ਮਾਈਨਿੰਗ ਮਾਫੀਆ ਅਸੀਂ ਇਹਨਾਂ ਨੂੰ ਬੇਰਕਾਬ ਕਰ ਦਿਆਂਗੇ ਇਹ ਹੋ ਗਿਆ ਜੋ ਹੋ ਗਿਆ ਤੋ ਉਹ ਹੋ ਗਿਆ ਉਸ ਤੋਂ ਬਾਅਦ ਵਿੱਚ ਜਦੋਂ ਸਰਕਾਰ ਬਦਲੀ ਤਾਂ ਦੂਜੇ ਸ਼ੁਰੂ ਹੋ ਗਏ ਵੀ ਦੇਖੋ ਜੀ ਅਸੀਂ ਸਾਰਾ ਕੁਝ ਠੀਕ ਕਰ ਦਾਂਗੇ ਬੇਰੋਜ਼ਗਾਰੀ ਖਤਮ ਕਰ ਦਾਂਗੇ ਲੈਂਡ ਮਾਫੀਆ ਰੇਟ ਮਾਫੀਆ ਵਾਈਨਿੰਗ ਮਾਫੀਆ ਸਾਰੇ ਖਤਮ ਕਰ ਦਾਂਗੇ ਗੱਲ ਇਹ ਲੋਕਾਂ ਨੇ ਸਿਰਫ ਤੇ ਸਿਰਫ ਚਾਹੇ ਹੋਵੇ ਕਾਂਗ ਵੇ ਬਸ ਪਾ ਚਾਹੇ ਆਮ ਆਦਮੀ ਪਾਰਟੀ ਚਾਹੇ ਕੋਈ ਪਾਰਟੀ ਹੋਵੇ ਲੋਕਾਂ ਨੇ ਸਿਰਫ ਤੇ ਸਿਰਫ ਗੱਲਾਂ ਹੀ ਸੁਣੀਆਂ ਨੇ ਗੱਲਾਂ ਦੇ ਕਢਾਈ ਖਾਦੇ ਨੇ ਪੱਲੇ ਕੁਛ ਨਹੀਂ ਪਿਆ ਚਾਹੇ ਕੋਈ ਵੀ ਆਇਆ ਪੰਜਾਬ ਨੂੰ ਆਪਾਂ ਪੰਜਾਬ ਹੀ ਬਣਿਆ ਰਹਿਣ ਦੇਗੇ ਇਹਨੂੰ ਕੋਈ ਹੋਰ ਦੇਸ਼ ਨਾ ਬਣਾਂਗੇ ਤੇ ਉਦਾਂ ਆਪਾਂ ਬਣਨ ਵੀ ਨਹੀਂ ਦੇਣਾਗਾ ਜਿਹੋ ਜਿਹਾਂ ਨੀਤੀਆਂ ਸਾਡੀਆਂ ਸਰਕਾਰਾਂ ਦੀਆਂ ਮੈਨੂੰ ਤਾਂ ਇਉਂ ਲੱਗਦਾ ਇਹ ਸਭ ਨਾਲ ਮੈਨੂੰ ਟੈਨੇ ਦਾ ਨਾ ਟੋਰਾਂਟੋ ਰੱਖਣਾ ਪੈਣਾ ਤੁਸੀਂ ਦੇਖ ਲਓ ਸੰਸਾਰਪੁਰ ਦਾ ਕੀ ਰੱਖਣਾ ਸਕੈਚਵਨ ਠੀਕ ਆ ਤੁਸੀਂ ਸਕੈਚਵਨ ਰੱਖ ਲਓ ਠੀਕ ਆ ਨਾ ਹਾਂਜੀ ਹਾਂ ਸੋ ਦੇਖੋ ਹਾਲਾਤ ਕਿਹੋ ਜਿਹੇ ਬਣੇ ਪਏ ਆ ਸੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿੰਨਾ ਚਿਰ ਇੱਥੇ ਇਮਾਨਦਾਰੀ ਰਹੀ ਆ ਨੇਤਾ ਜਿਹੜੇ ਉਹ ਲੋਕਾਂ ਦੇ ਪ੍ਰਤੀ ਜਵਾਬਦੇਹ ਰਹੇ ਆ ਜਦੋਂ ਇਹ ਰਾਜਨੀਤੀ ਬਿਜ਼ਨਸ ਵਪਾਰ ਨਹੀਂ ਸੀ ਬਣੀ ਉਦੋਂ ਸਾਰਾ ਕੁਝ ਠੀਕ ਹੁੰਦਾ ਸੀ ਵਸੀਲੇ ਘੱਟ ਸੀ ਲੋਕਾਂ ਦੇ ਕੋਲੇ ਤਰੱਕੀ ਅਖੌਤੀ ਤਰੱਕੀ ਅਜੇ ਜਿੰਨੀ ਨਹੀਂ ਸੀ ਪਰ ਫਿਰ ਵੀ ਲੋਕ ਸੰਤੁਸ਼ਟ ਸੀ ਅੱਜ ਤਰਾਹ ਨਿਕਲ ਗਿਆ ਅੱਜ ਬੰਦਾ ਕਿੱਥੇ ਜਾਵੇ ਸੋ ਚੁਣੇ ਹੋਏ ਨੁਮਾਇंदे ਉਹ ਹੱਥ ਜੋੜ ਕੇ ਬੇਨਤੀ ਆ ਪੰਜਾਬ ਦਾ ਸੋਚੋ ਸਿਰਫ ਬਿਆਨਬਾਰੀ ਨਾ ਸੋਚੋ ਨਾਲੇ ਚਾਹੇ ਹੋਵੇ ਵਿਰੋਧੀ ਧਿਰ ਚਾਹੇ ਹੋਵੇ ਸੱਤਾਧਾਰੀ ਧਿਰ ਜਿੰਨੀਆਂ ਵੀ ਪਾਰਟੀਆਂ ਨੇ ਇਹ ਮਤਲਬ ਜੇ 5 ਸਾਲ ਦਾ ਟੈਨਰ ਹੁੰਦਾ ਸਮਾਂ ਹੁੰਦਾ ਤੇ 5 ਸਾਲ ਹੀ ਕੰਮ ਕਰਨ ਨਾ ਇਹ ਨਹੀਂ ਵੀ ਜਦੋਂ 4.5 ਸਾਲ ਲੰਘ ਗਏ ਤੇ ਕੁਝ ਕੁ ਮਹੀਨੇ ਰਹਿ ਗਏ ਉਹ ਚੇਤੇ ਆ ਗਿਆ ਵੀ ਨਹੀਂ ਨਹੀਂ ਅਸਤਾ ਵਿਰੋਧੀ ਧਿਰ ਚਾ ਨਹੀਂ ਨਹੀਂ ਅਸਤਾ ਸੱਤਾਧਾਰੀ ਪਾਰਟੀਆਂ ਨਹੀਂ 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 ਅਸੀਂ ਵੀ ਅੱਜ ਦੀ ਵੋਟਾਂ 'ਚ ਤਾਂ ਹਿੱਸਾ ਲੈਣਾ ਹੈ ਵੀ ਅਸੀਂ ਸਾਰੇ ਮੁੱਦੇ ਲੈ ਆਈਏ ਸਾਹਮਣੇ ਇਦਾਂ ਨਹੀਂ ਹੁੰਦਾ ਅੱਜ ਕੱਲ ਤਾਂ ਲੋਕ ਘੇਰ ਘੇਰ ਕੇ ਸਵਾਲ ਕਰਨ ਲੱਗ ਗਏ ਨਹੀਂ ਬਿਲਕੁਲ ਸਹੀ ਚੰਚ ਦਾ ਵਿਚਾਰ ਲੋ ਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ线程 ਜੀ ਜੀ ਤੁਸੀਂ ਕਹਿੰਦੇ ਸੀ ਨਾ ਵੀ ਘੇਰ ਘੇਰ ਕੇ ਸਵਾਲ ਕਰਨ ਤੇ ਫਿਰ ਕਰਤੇ ਹਾਂ ਮਤਲਬ ਟੈਣਾ ਸਾਹਿਬ ਕੱਲ ਦਾ ਦਿਨ ਤਾਂ ਇੱਕ ਘੇਰਾ ਕਰਾਈਏ ਜੀ ਸਾਰਾ ਨਿਕਲ ਗਿਆ ਸਾਧੂ ਸਿੰਘ ਹੁਰਾ ਨੂੰ ਇੰਨੇ ਤਿੱਖੇ ਸਵਾਲ ਪੁੱਛੇ ਲੋਕਾਂ ਨੇ ਵੀ ਪੁੱਛੋ ਹੀ ਕੁਛ ਨਾ ਨਾਬੇ ਦੇ ਵਿੱਚ ਗਏ ਸੀਗੇ ਇੱਕ ਸੜਕ ਦਾ ਨਹੀਂ ਪੱਥਰ ਰੱਖਣ ਦੇ ਲਈ ਲੋ ਜੀ ਉਥੇ ਕਿਸਾਨਾਂ ਨੇ ਘੇਰਾ ਪਾ ਲਿਆ ਵੈਸੇ ਤਾਂ ਲੰਘਿਆ ਕੱਲ ਜਿਹੜਾ ਉਹ ਕਿਸਾਨਾਂ ਦੇ ਘੇਰਿਆਂ ਨਾਲ ਹੀ ਸੰਬੰਧਤ ਰਿਹਾ ਬਿਲਕੁਲ ਭਾਜਪੀ ਦੇ ਸ਼ਵੇਤ ਮਲਕ ਹੋਰੀ ਆ ਉਹ ਬਠਿੰਡੇ ਦੀ ਐਮਐਸ ਦੀ ਕੰਧ ਟੱਪ ਕੇ ਤੇ ਭੱਜੇ ਆ ਹਾਂ ਇਹ ਪਤਾ ਲੱਗਾ ਤੇ ਇਧਰ 사ਦੂ ਸਿੰਘ ਧਰਮਸੋਤ ਹੋਰਾਂ ਨੂੰ ਵੀ ਘੇਰਾ ਪੈ ਗਿਆ ਜੀ ਉਹਨਾਂ ਨੂੰ ਤਿੱਖੇ ਸਵਾਲ ਕੀਤੇ ਕਿਸਾਨਾਂ ਨੇ ਮੇਰੀ ਫਿਰ ਬੇਨਤੀ ਇਹ ਆ ਵੀ ਸ਼ਬਦਾਂ ਦੀ ਮर्यादा ਨੂੰ ਸਮਝ ਕੇ ਜ਼ਾਬਤੇ ਦੇ ਵਿੱਚ ਰਹਿ ਕੇ ਤਿੱਖੇ ਤੋਂ ਤਿੱਖੇ ਸਵਾਲ ਤਰਕ ਦੇ ਨਾਲ ਤੱਥਾਂ ਦੇ ਨਾਲ ਮੂਰੇ ਰੱਖਣੇ ਚਾਹੀਦੇ ਆ ਭਾਵੇਂ ਤੁਹਾਡੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਕਿਸੇ ਵੀ ਪਾਰਟੀ ਦਾ ਨੇਤਾ ਕਿਉਂ ਨਾ ਹੋਵੇ ਕੋਈ ਬੀਜੇਪੀ ਦਾ ਕੋਈ ਕਾਂਗਰਸ ਦਾ ਕੋਈ ਆਮ ਆਦਮੀ ਪਾਰਟੀ ਦਾ ਕੋਈ ਹੋਰ ਹੈਗਾ ਉਹਨਾਂ ਨੂੰ ਸਵਾਲ ਜ਼ਰੂਰ ਕਰੋ ਉਹਨਾਂ ਨੂੰ ਚੋਣ ਮੈਨੀਫੈਸਟੋ ਮੂਰੇ ਕਰ ਦਿਓ ਵੀ ਆਹ ਦੇਖੋ ਜੀ ਆਹ ਤੁਸੀਂ ਕਿਹਾ ਸੀ ਤੇ ਕਿਉਂ ਨਹੀਂ ਹੋਇਆ ਤੇ ਫਿਰ ਜੋ ਉਹ ਉੱਤਰ ਦਿੰਦੇ ਆ ਉਹਦੇ ਮੁਤਾਬਕ ਆਪਦਾ ਵਣ ਬਣਾ ਲਓ ਵੀ ਕਿਹਨੂੰ ਵੋਟਾਂ ਪਾਉਣੀਆਂ ਕਿਹਨੂੰ ਨਹੀਂ ਪਰ ਕੱਲ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਕਿਸਾਨਾਂ ਨੇ ਕਿਹਾ ਵੀ ਕਿੱਥੇ ਤੁਹਾਡੀ ਘਰ ਘਰ ਨੌਕਰੀ ਹੂੰ ਉਹ ਕਹਿੰਦੇ ਨਵੀ ਅਸੀਂ ਸਾਰੇ ਵਾਦੇ ਪੂਰੇ ਕੀਤੇ ਆ ਉਹ ਕਹਿੰਦੇ ਨੌਕਰੀ ਕਿੱਥੇ ਟਾਵਰ ਦੇ ਉੱਤੇ ਮੁੰਡਾ ਚੜਿਆ ਬੈਠਾ ਹਮ ਇੰਨੇ ਚਿਰ ਤੋਂ ਬੈਠਾ ਮਰਨ ਵਾਲਾ ਹੋਇਆ ਪੈ ਤੁਸੀਂ ਕਰਦੇ ਕੀ ਆ ਜਨਾਬ ਚੁੱਪ ਉਹ ਕਹਿੰਦੇ ਤੁਸੀਂ ਕਹਿੰਦੇ ਸੀ 24 ਘੰਟੇ ਬਿਜਲੀ ਮਿਲਦੀ ਆ ਤੁਸੀਂ ਕਹਿੰਦੇ ਸੀ 8 ਘੰਟੇ ਖੇਤੀਬਾੜੀ ਲਈ ਬਿਜਲੀ ਆ ਜਿਹੜੀ ਉਹ ਨਿਰਵਿਘਨ ਮਿਲੂਗੀ ਆ ਹੁਣ 4-4 ਘੰਟੇ ਵੀ ਨਹੀਂ ਮਿਲਦੀ ਸੀ ਜਾਈਏ ਕਿਹੜੇ ਖੂ ਖਾਤੇ ਫਿਰ ਸਾਧੂ ਸਿੰਘ ਹਰੀਕਾ ਨੇ ਵੀ ਮੇਰੀ ਜ਼ਿੰਮੇਵਾਰੀ ਆ ਕੱਲ ਤੱਕ ਸਾਰਾ ਕੁਝ ਠੀਕ ਹੋ ਜਾਊਗਾ ਬਸ ਇੱਕ ਉਹ ਪਾਖੜਾ ਵਾਲੇ ਕੋਈ ਯੂਨਿਟ ਖਰਾਬ ਹੋ ਗਏ ਸੀ ਉਹਦੇ ਕਰਕੇ ਥੋੜ ਉਹ ਮਾਤਾ ਨੇ ਬੜੀਆਂ ਖਰਗਾਂ ਖਰਗਾਂ ਸੁਣਾਈਆਂ ਮਾਤਾ ਨੇ ਗੱਲ ਕੀਤੀ ਐ ਸਕਾਲਰਸ਼ਿਪ ਸਕੀਮ ਦੇ ਬਾਰੇ ਵੀ ਕਈ ਹੋਰ ਗੱਲਾਂ ਵੀ ਕਹੀਆਂ ਕਹਿਣ ਦਾ ਭਾਵ ਇਹ ਆ ਵੀ ਪੰਜਾਬ ਦੇ ਲੋਕਾਂ ਦਾ ਕੁਝ ਇੱਕ ਹਿੱਸਾ ਹੁਣ ਸਾਹਮਣੇ ਖੜ ਕੇ ਸਵਾਲ ਵੀ ਕਰ ਰਿਆ ਤੇ ਇਹ ਜਿਹੜੀ ਜਾਗ ਲੱਗੀ ਆ ਇਹ ਕੋਈ ਮਾੜੀ ਨਹੀਂ ਆ ਜੀ ਪਰ ਗੱਲ ਇਹ ਹੈ ਟੈਣਾ ਸਾਹਿਬ ਮੈਂ ਕੱਲੇ ਸੋਚ ਰਹੀ ਸੀ ਕਿ ਤੁਸੀਂ ਇਹ ਦੱਸੋ ਵੀ ਕਿਹੜਾ ਵਰਗ ਖੁਸ਼ ਹੈ ਹੂੰ ਪੂਰੇ ਪੰਜਾਬ ਦੀ ਪੂਰੇ ਭਾਰਤ ਦੀ ਹੀ ਗੱਲ ਕਰ ਲੋ ਤੁਸੀਂ ਕਿਹੜਾ ਵਰਗ ਖੁਸ਼ ਹੈ ਗਰੀਬ ਬੰਦਾ ਤਾਂ ਤੰਗ ਹੈ ਆਪਾਂ ਹਰ ਰੋਜ਼ ਪੜਦੇ ਆ ਕਦੀ ਕਿਤੇ ਹੜਤਾਲ ਕਦੀ ਕਿਤੇ ਪ੍ਰਦਰਸ਼ਨ ਕੋਈ ਪੁੱਤਰੇ ਫੂਕ ਰਿਹਾ ਡਾਕਟਰ ਵੀ ਤੰਗ ਨੇ ਆ ਬਸਾਂ ਵਾਲੇ ਵੀ ਤੰਗ ਨੇ ਅਧਿਆਪਕ ਵੀ ਤੰਗ ਨੇ ਬੇਰੋਜ਼ਗਾਰ ਵੀ ਤੰਗ ਨੇ ਖੁਸ਼ ਕੌਣ ਹੈ ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਇਹ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਵਾਅਦੇ ਪੂਰੇ ਕਰ ਦਿੱਤੇ 85% ਦੀ ਵਾਅਦੇ ਪੂਰੇ ਹੋ ਗਏ 85 ਬੰਦੇ ਤਾਂ ਲੱਭਦੇ ਨਹੀਂ ਜਿਹੜੇ ਕਹਿ ਦੇਣ ਵੀ ਹਾਂ ਵੀ ਇਹਨਾਂ ਨੇ ਵਾਅਦੇ ਪੂਰੇ ਕਰਤੇ ਤਾਂ ਫਿਰ ਕਿਹੜੇ 85% ਦੀ ਵਾਅਦੇ ਦੀ ਗੱਲ ਕਰਦੇ ਹੋ ਉਦੋਂ ਸ਼ਵੇਤ ਮਾਲਿਕ ਹੋਰੀ ਉਹ ਪਹਿਲਾਂ ਕੰਦ ਟੱਪ ਕੇ ਭੱਜੇ ਤੇ ਕੰਦ ਟੱਪਣ ਤੋਂ ਬਾਅਦ ਕਹਿੰਦੇ ਨਹੀਂ ਨਹੀਂ ਕਾਨੂੰਨ ਬਹੁਤ ਅੱਛੇ ਨੇ ਮੈਨੂੰ ਤਾਂ ਉਹਨਾਂ ਦੀ ਨਹੀਂ ਸਮਝ ਆਈ ਵੀ ਐ ਤਾਂ ਉੱਥੇ ਖੜ ਕੇ ਕਿਸਾਨਾਂ ਨਾਲ ਗੱਲ ਕਰਕੇ ਕਹਿੰਦੇ ਵੀ ਹਾਂ ਕਾਨੂੰਨ ਅੱਛੇ ਨੇ ਕਾਨੂੰਨ ਤੁਹਾਡੇ ਫਾਇਦੇ 'ਚ ਨੇ ਜਿੱਦਾਂ ਹੀ ਉੱਥੋਂ ਭੱਜੇ ਤੇ ਨਾਲ ਹੀ ਕਹਿੰਦੇ ਕਾਨੂੰਨਾ ਨੇਤਾ ਨਾ ਆਮਦਨ ਦੁੱਗਣੀ ਕਰ ਦੇਣੀ ਇਹ ਕੈਸੀ ਦੁੱਗਣੀ ਆਮਦਨ ਹੋਣੀ ਹੈ ਬਈ ਜੇਕਰ ਕੋਈ ਬੰਦਾ ਆਪਣੀ ਗੱਲ ਤੇ ਸਹੀ ਹੋਵੇ ਸੱਚਾ ਹੋਵੇ ਤਾਂ ਉਹਨੂੰ ਉੱਥੇ ਖੜ ਕੇ ਗੱਲ ਕਰਨੀ ਚਾਹੀਦੀ ਹੈ ਡੀਜ਼ਲ ਦੀ ਕੀਮਤ ਤਾਂ 92 ਰੁਪਏ ਲੀਟਰ ਕਰਕੇ ਜੀ ਕਿਵੇਂ ਆਮਦਨ ਦੁੱਗਣੀ ਹੁੰਦੀ ਹੈ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਇਹ ਅੱਧੀ ਰਹਿ ਜਾਣੀ ਹੈ ਇਹ ਤਾਂ ਗੱਲ ਸਮਝੀ ਪਰ ਇਹ ਦੁੱਗਣੀ ਕਿਵੇਂ ਹੁੰਦੀ ਆ ਹਰ ਚੀਜ਼ ਦੇ ਵਿੱਚ ਮਹਿੰਗਾਈ ਹੋ ਗਈ ਇੱਥੇ ਖਾਦਾਂ ਦੇ ਵਿੱਚ ਇੱਥੇ ਸਪਰੇਆਂ ਦੇ ਵਿੱਚ ਇੱਥੇ ਡੀਜ਼ਲ ਦੇ ਵਿੱਚ ਇੱਥੇ ਹੋਰ ਬੀਜ ਦੇ ਵਿੱਚ ਸਾਰੇ ਪਾਸੇ ਮਹਿੰਗਾਈ ਆ ਤੇ ਬੰਦਾ ਕਿਵੇਂ ਮੰਨੂਗਾ ਵੀ ਭਾਈ ਤੁਸੀਂ ਜਿਹੜੀ ਗੱਲ ਕਹਿੰਦੇ ਆ ਉਹ ਸਹੀ ਵੀ ਹੈਗੀ ਆ ਬਿਲਕੁਲ ਸਹੀ ਕਰ ਲਈ ਇਹ ਹੀ ਚੀਜ਼ਾਂ ਨੇ ਡਾਣਾ ਸਾਹਿਬ ਤੁਸੀਂ ਵੇਖੋ ਸਭ ਤੋਂ ਮਹਿੰਗੀ ਬੱਤੀ ਅਸੀਂ ਲੋਕ ਲੈ ਰਹੇ ਆ ਸਭ ਤੋਂ ਜ਼ਿਆਦਾ ਬਿੱਲ ਅਸੀਂ ਭਰ ਰਹੇ ਆ ਤੇ ਇੰਨੀ ਮਹਿੰਗੀ ਬੱਤੀ ਹੋਣ ਦੇ ਬਾਵਜੂਦ ਵੀ ਜੇਕਰ ਸਾਰਾ ਸਾਰਾ ਦਿਨ ਬੱਤੀ ਨਾ ਆਵੇ ਤਾਂ ਫਿਰ ਫਾਇਦਾ ਕੀ ਆ ਕਿਸਾਨ ਵਿਚਾਰਾ ਤੁਸੀਂ ਕਹਿੰਦੇ ਹੋ ਕਿ ਆਮਦਨ ਦੁੱਗਣੀ ਹੋਣੀ ਆ ਤੇ ਜੇਕਰ ਉਹਦਾ ਝੋਨਾ ਖੜਾ ਹੀ ਸੁੱਕ ਜਾਊਗਾ ਜੇ ਉਹਨੂੰ ਪਾਣੀ ਹੋਈ ਨਹੀਂ ਮਿਲੂਗਾ ਤੇ ਫਿਰ ਕਿੱਦਾਂ ਆਮਦਨ ਦੁੱਗਣੀ ਹੋਊਗੀ ਕੋਈ ਲਾਗਤ ਵੀ ਨਹੀਂ ਪੂਰੀ ਹੁੰਦੀ ਜੱਜ ਦਾ ਵਿਚਾਰ ਹਰਮਨ ਜੀ ਐਸਆਈਟੀ ਦੇ ਮੈਂਬਰ ਕਹਿੰਦੇ ਬੜੇ ਸਰਗਰਮ ਹੋ ਗਏ ਜੀ ਉਹਨਾਂ ਦੇ ਵੱਲੋਂ ਛੋਟੇ ਬਾਦਲ ਸਾਹਿਬ ਦੇ ਕੋਲੋਂ ਪੁਸ਼ਕਿਸ਼ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਵੱਡੇ ਬਾਦਲ ਸਾਹਿਬ ਦੇ ਕੋਲੋਂ ਪੁਸ਼ਕਿਸ਼ ਕੀਤੀ ਗਈ ਹੈ ਕਹਿੰਦੇ ਵੀ ਆਉਂਦੇ ਸਮੇਂ ਦੇ ਵਿੱਚ ਕਈਆਂ ਹੋਰਨਾਂ ਦੇ ਕੋਲੋਂ ਪੁਸ਼ਕਿਸ਼ ਕਰਨੀ ਹੈ ਹੁਣ ਪਤਾ ਲੱਗਾ ਭਾਈ ਪੰਥਪ੍ਰੀਤ ਸਿੰਘ ਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਇਹਨਾਂ ਦੋਵਾਂ ਦੇ ਕੋਲੋਂ ਪੁਸ਼ਕਿਸ਼ ਦੀ ਤਿਆਰੀ ਕੀਤੀ ਗਈ ਹੈ ਕਿਉਂਕਿ ਜਦੋਂ ਕੋਰਟ ਕਪੂਰਾ ਦੇ ਵਿੱਚ ਧਰਨਾ ਲੱਗਾ ਸੀਗਾ ਉਦੋਂ ਉਸ ਧਰਨੇ ਦੀ ਅਗਵਾਈ ਹੈ ਜਿਹੜੀ ਢੱਡਰੀਆਂ ਵਾਲਾ ਤੇ ਪੰਥਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੀਤੀ ਗਈ ਸੋ ਇਹਨਾਂ ਦੇ ਕੋਲੋਂ ਵੀ ਪੁੱਛਗਿੱਛ ਦਾ ਪੂਰਾ ਪੂਰਾ ਪ੍ਰੋਗਰਾਮ ਲਿਖਿਆ ਗਿਆ ਦੋ ਤਰੀਕੇ ਨੂੰ ਯਾਨੀ ਕਿ ਹੁਣ ਤੋਂ ਕੁਝ ਕੁ ਘੰਟੇ ਬਾਅਦ ਭਾਈ ਪੰਥਪ੍ਰੀਤ ਸਿੰਘ ਦੇ ਕੋਲੋਂ ਪੁੱਛਗਿੱਛ ਹੋਣੀ ਹੈ ਤੇ ਬਾਕੀ ਅਗਲਾ ਪ੍ਰੋਗਰਾਮ ਫਿਰ ਤੈਅ ਕਰਨਾ ਜੀ ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਉਧਰ ਜਸਟਿਸ ਜ਼ੋਰਾ ਸਿੰਘ ਹੋਰਾਂ ਨੇ ਵੀ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਉਹ ਇਸ ਐਸਐਸਆਈਟੀ ਦੇ ਉੱਪਰ ਲਗਾਏ ਨੇ ਉਹ ਕਹਿੰਦੇ ਕਿ ਜਿਹੜੀ ਮੈ ਰਿਪੋਰਟ ਤਿਆਰ ਕੀਤੀ ਸੀ ਉਹ ਨਾ ਤਾਂ ਜਨਤਕ ਕੀਤੀ ਗਈ ਨਾ ਰੱਦ ਕੀਤੀ ਗਈ ਤੇ ਸਾਰੇ ਸ ਵੈਸਾਈਟ ਦੇ ਉੱਪਰ ਲਗਾਤਾਰ ਸਵਾਲ ਖੜੇ ਕਰ ਰਹੇ ਨੇ। ਤੇ ਢੱਡਰੀਆਂ ਵਾਲਾ ਹੋਰੀ ਇਸ ਮਾਮਲੇ ਦੇ ਉੱਤੇ ਕੀ ਬੋਲਣਗੇ? ਉਹਨਾਂ ਨੂੰ ਕੀ ਸਵਾਲ ਪੁੱਛੇ ਜਾਣਗੇ ਜਾਂ ਨਹੀਂ? ਕਿਹੜੀ ਤਰੀਕ ਨੂੰ ਪੁੱਛੇ ਜਾਣਗੇ? ਕੀ ਕੀ ਗੱਲ ਹੋਊਗੀ ਇਹਦੇ ਵੱਲ ਵੀ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਕਿ ਦੇਖੋ ਉਹ ਸਾਰਾ ਕੁਝ ਘਟਨਾ ਵਾਪਰਨ ਤੋਂ ਬਾਅਦ ਪ੍ਰਤੀਕਰਮ ਦੇ ਰੂਪ ਦੇ ਵਿੱਚ ਆ। ਉੱਥੇ ਕੋਈ ਗੋਲੀ ਦਾ ਹੁਕਮ ਨਹੀਂ ਦਿੱਤਾ ਇਹਨਾਂ ਨੇ। ਉੱਥੇ ਕੋਈ ਡਾਂਗ ਮਾਰਨ ਦੇ ਲਈ ਨਹੀਂ ਕਿਹਾ ਉੱਥੇ ਤਾਂ ਇੱਕ ਰੋਸ ਦੇ ਰੂਪ ਦੇ ਵਿੱਚ ਧਰਨਾ ਲਾਇਆ ਗਿਆ ਕੋਟਕਪੂਰੇ ਦੇ ਵਿੱਚ ਚੌਂਕ ਦੇ ਵਿੱਚ ਤੇ ਉਸ ਧਰਨੇ ਦੇ ਬਾਬਤ ਤਾਂ ਮੇਰਾ ਖਿਆਲ ਹੈ ਕੋਈ ਐਡੀ ਵੱਡੀ ਗੱਲ ਹੋਣੀ ਨਹੀਂ ਕਿਉਂਕਿ ਉਹ ਤਾਂ ਪ੍ਰਦਰਸ਼ਨ ਸੀਗਾ ਤੇ ਪ੍ਰਦਰਸ਼ਨ ਦੇ ਵਿੱਚ ਕਿਹੜਾ ਕੋਈ ਹਿੰਸਕ ਵਰਤਾਰੇ ਦੀ ਗੱਲ ਕੀਤੀ ਗਈ ਹੈ ਸੋ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਗੋਲੀ ਚਲਾਉਣ ਦੇ ਲਈ ਜਾਂ ਜਿਹੜੇ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਹਾਲੇ ਤੱਕ ਅਣਪਛਾਤੇ ਚੱਲਦੇ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮਤਲਬ ਪਹਿਲਾਂ ਤਾਂ ਇਹ ਪਤਾ ਲਾਉਣਾ ਚਾਹੀਦਾ ਵੀ ਪੁਲਿਸ ਵੀ ਅਣਪਛਾਤੀ ਕਿਵੇਂ ਹੁੰਦੀ ਹੈ ਇੱਥੇ ਕਦੋਂ ਤੋਂ ਹੋਣ ਲੱਗ ਗਈ ਹੈ ਕਿਉਂ ਤਾਂ ਹਮੇਸ਼ਾ ਤੋਂ ਜਦੋਂ ਤੋਂ ਹੋਜ ਸੰਭਾਲੀ ਹੈ ਇਹ ਹੀ ਵੇਖਿਆ ਹੈ ਕਿ ਪੁਲਿਸ ਵਾਲਿਆਂ ਦੇ ਬੈਚ ਦੇ ਉੱਪਰ ਨਾਮ ਲਿਖਿਆ ਹੁੰਦੇ ਨੇ ਪੁਲਿਸ ਕਦੇ ਵੀ ਅਣਪਛਾਤੀ ਨਹੀਂ ਹੁੰਦੀ ਪਰ ਇਹ ਪਹਿਲੀ ਵਾਰ ਸੀ ਤੋਂ ਪੁਲਿਸ ਵੀ ਅਣਪਛਾਤੀ ਹੋ ਗਈ ਟਾਣਾ ਸਾਹਿਬ いや ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਘਟਨਾਵਾਂ ਆਪਾਂ ਵੇਖਦੇ ਹੀ ਰਹੇ ਹਾਂ ਹੁਣ ਉਹਨਾਂ ਨੇ ਕਿ ਕੁਝ ਜਥੇਬੰਦੀਆਂ ਜਿਹੜੀਆਂ ਉਹ ਫੇਰ ਬਰਗਾੜੀ ਮੋਰਚਾ ਲਾਉਣ ਨੂੰ ਤਿਆਰ ਜੀ ਦੇਖੋ ਮੋਰਚਾ ਲਾਉਣਾ ਸਾਡਾ ਅਧਿਕਾਰ ਆ ਮੋਰਚਾ ਲਾਇਆ ਵੀ ਸੀ ਤੇ ਅਸੀਂ ਉਸ ਵਕਤ ਕੀ ਕੁਝ ਕਰ ਬੈਠੇ ਆ ਇਹਦੇ ਬਾਬਤ ਕੋਈ ਦੱਸਣ ਦੀ ਲੋੜ ਨਹੀਂ ਉਦੋਂ ਹਰ ਪੰਜਾਬੀ ਨੇ ਆਪਣਾ ਫਰਜ਼ ਸਮਝਿਆ ਕਿ ਮੈਂ ਵੀ ਇਸ ਮੋਰਚੇ ਦਾ ਹਿੱਸਾ ਬਣਨਾ ਉਦੋਂ ਬੰਦੇ ਨੇ ਇਹ ਨਹੀਂ ਸੋਚਿਆ ਕਿ ਮੈਂ ਤਾਂ ਕਿਸੇ ਜਥੇਬੰਦੀ ਨਾਲ ਹੈਗਾ ਜਾਂ ਨਹੀਂ ਹੈਗਾ ਉਦੋਂ ਉਹਦੇ ਮਨ ਦੇ ਵਿੱਚ ਇੱਕ ਦੁੱਖ ਸੀ ਉਹ ਚਾਹੁੰਦਾ ਸੀ ਇਨਸਾਫ਼ ਮਿਲੇ ਪਰ ਉਹਦਾ ਸਿੱਟਾ ਕੀ ਨਿਕਲਿਆ ਅਸੀਂ ਆਪ ਹੀ ਉਹਨੂੰ ਖੰਡਾ ਲਿਆ ਹੁਣ ਸਰਕਾਰ ਜਿਹੜੀ ਉਹ ਚਾਹੁੰਦੀ ਨਹੀਂ ਕਿ ਇਹ ਮੋਰਚਾ ਦੁਬਾਰਾ ਲਾਉਣ ਤੇ ਮੈਨੂੰ ਲੱਗਦਾ ਵੀ ਜੇਕਰ ਮੋਰਚਾ ਲੱਗਾ ਵੀ ਤਾਂ ਪਹਿਲਾ ਵਾਲਾ ਹੁਲਾਰਾ ਬਿਲਕੁਲ ਨਹੀਂ ਮਿਲਣਾ ਬਿਲਕੁਲ ਸਹੀ ਹੈ ਤੇ ਉਧਰ ਪੁਲਿਸ ਵਾਲੇ ਵੀ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੋ ਗਏ ਉਹਨਾਂ ਨੇ ਕਹਿੰਦੇ ਪੂਰਾ ਫਰੀਦਕੋਟ ਜ਼ਿਲ੍ਹਾ ਜਿਹੜਾ ਉਹ ਸੀਲ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਕਿਉਂਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਨਾ ਵੀ ਜੇਕਰ 30 ਜੂਨ ਤੱਕ ਕੋਈ ਵੀ ਫੈਸਲਾ ਨਹੀਂ ਹੁੰਦਾ ਤੇ ਫਿਰ ਅਸੀਂ ਪਹਿਲੀ ਤੋਂ ਮੋਰਚਾ ਲਗਾਵਾਂਗੇ ਸੋ ਉਹਦੇ ਮੱਦੇ ਨਜ਼ਰ ਇਹ ਸਾਰਾ ਕੁਝ ਕੀਤਾ ਗਿਆ ਬਾਕੀ ਗੱਲ ਇਹ ਟਾਣਾ ਸਾਹਿਬ ਕਿ ਇਨਸਾਫ ਦੇ ਵਿੱਚ ਦੇਰੀ ਵੀ ਨਾ ਇਨਸਾਫੀ ਹੀ ਹ ਲੋਕਾਂ ਨੇ ਜੋ ਜੋ ਕੁਝ ਹੰਡਾਇਆ ਉਹਨਾਂ ਦੀ ਜ਼ਰੂਰ ਜਿਹੜੀ ਗੱਲ ਆ ਸੁਣੀ ਜਾਣੀ ਚਾਹੀਦੀ ਹੈ ਬਾਕੀ ਸਮਾਂ ਦੱਸ ਦੇਗਾ ਕਿ ਕਿਵੇਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਹੈ ਬਿਲਕੁਲ ਸਹੀ ਜੱਜ ਦਾ ਵਿਚਾਰ ਹਰਬੰਜੀ ਖੱਟੜ ਹੋਰੀ ਫੇਰ ਨਹੀਂ ਟਿਕਦੇ ਨਵੀਂ ਗੱਲ ਫੇਰ ਕੱਢ ਮਾਰੀ ਆ ਐਦ ਕੀ ਤਾਂ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਨਾ ਟਾਣਾ ਸਾਹਿਬ ਸੱਚੀ ਸਮਾਏ ਤੋਂ ਪਰੇ ਦੀ ਗੱਲ ਆ ਮਤਲਬ ਸਮਝ ਨਹੀਂ ਆਉਂਦਾ ਤੁਸੀਂ ਉਹਦੇ ਉੱਤੇ ਕੀ ਪ੍ਰਤੀਕਿਰਿਆ ਦਿਓ ਕਿ ਬੰਦੇ ਨੂੰ ਆਪਾਂ ਕਹਿੰਦੇ ਆ ਕਿ ਹਰ ਇੱਕ ਬੰਦੇ ਨੂੰ ਆਪਣੀ ਗੱਲ ਮੋਹਰੇ ਰੱਖਣ ਦਾ ਹੱਕ ਹੈ ਪਰ ਜੇਕਰ ਉਹ ਸભ્યਕ ਤਰੀਕੇ ਦੇ ਨਾਲ ਜੇਕਰ ਉਹ ਕਹਿੰਦੇ ਹੁੰਦੇ ਆ ਕਿ ਲਫ਼ਜ਼ਾਂ ਨੂੰ ਸਹੀ ਤਰ੍ਹਾਂ ਦੇ ਨਾਲ ਵਰਤ ਕੇ ਤੁਸੀਂ ਇੱਕ ਹੈਨਾ ਦਾਇਰੇ ਦੇ ਵਿੱਚ ਰਹਿ ਕੇ ਸੀਮਿਤ ਗੱਲ ਕਰ ਦਿਓ ਤਾਂ ਫਿਰ ਉਹ ਗੱਲ ਗੱਲ ਰਹਿੰਦੀ ਹੈ ਜੇ ਜੋ ਮੂੰਹ ਚ ਆਉਂਦਾ ਉਹੀ ਬੋਲੀ ਜਾਂਦੇ ਹੋ ਤਾਂ ਫਿਰ ਕੰਗਣਾ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਦੇਖੋ ਮਨੋਹਰ ਲਾਲ ਖੱਟੜ ਹੋਰੀ ਕਹਿੰਦੇ ਵੀ ਇਹ ਕਿਸਾਨ ਸ਼ਬਦ ਬੜਾ ਪਵਿੱਤਰ ਹੁੰਦਾ ਸੀ ਇਹਨਾਂ ਲੋਕਾਂ ਨੇ ਅੰਦੋਲਨਕਾਰੀਆਂ ਨੇ ਇਹਨੂੰ ਅਪਵਿੱਤਰ ਕਰਤਾ ਅੱਛਾ 7 ਮਹੀਨੇ ਹੋ ਗਏ ਐ ਇੱਥੇ ਬੈਠੇ ਕਿਸਾਨਾਂ ਨੂੰ ਜੇ ਕੁਝ ਹੋਣਾ ਹੁੰਦਾ ਤਾਂ ਹੁਣ ਤੱਕ ਹੋ ਜਾਂਦਾ ਤੇ ਹੁਣ ਕੁਝ ਨਹੀਂ ਹੋਣਾਗਾ ਇਸ ਮਾਮਲੇ ਦੇ ਵਿੱਚ ਕਾਨੂੰਨ ਬਿਲਕੁਲ ਰੱਦ ਨਹੀਂ ਹੋਣੇਗੇ ਤੇ ਇਹ ਜਿਹੜੇ ਕਿਸਾਨ ਆ ਨਾ ਇਹ ਤਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਲੁੱਟਣ ਵਾਲੇ ਆ ਇੱਥੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਬੜਾ ਦੁੱਖ ਹੈ ਇਸ ਗੱਲ ਦੇ ਉੱਤੇ ਬਈ ਪੱਛਮੀ ਬੰਗਾਲ ਦੇ ਵਿੱਚੋਂ ਆਈ ਹੋਈ ਕੁੜੀ ਦੇ ਨਾਲ ਜ਼ਿਆਰਤੀ ਕੀਤੀ ਗਈ ਸੀ ਉਹ ਵੀ ਪਤਾ ਨਹੀਂ ਜਿਹੜੀ ਕਿਸਾਨ ਆਰਮੀ ਦੇ ਮੈਂਬਰ ਸੀਗੇ ਜੀ ਉਹ ਆਪੇ ਆ ਕੇ ਬੈਠੇ ਸੀਗੇ ਉਹਦੇ ਵਿੱਚ ਜੋ ਕੁਝ ਹੋਇਆ ਆਪਾਂ ਜਾਣਦੇ ਹਾਂ ਤੇ ਪੁਲਿਸ ਨੇ ਆਪਣਾ ਕੰਮ ਕੀਤਾ ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਉਹ ਕਿਸਾਨ ਨਹੀਂ ਸੀ ਉਹ ਕੁੜੀ ਜਿਨ੍ਹਾਂ ਦੇ ਨਾਲ ਪੱਛਮੀ ਬੰਗਾਲ ਤੋਂ ਆਈ ਸੀ ਉਹੀ ਲੋਕ ਗੁਨਾਹਗਰ ਪਾਏ ਗਏ ਸੀ ਉਹਦੇ ਵਿੱਚ ਇਸ ਅੰਦੋਲਨ ਦਾ ਜਾਂ ਜਿੰਨੇ ਵੀ ਲੋਕ ਇੱਥੇ ਬੈਠੇ ਨੇ ਸੰਘਰਸ਼ ਕਰ ਰਹੇ ਨੇ ਉਹਨਾਂ ਦਾ ਕੋਈ ਲੈਣ-ਦੇਣ ਹੈ ਹੀ ਨਹੀਂ ਸੀ ਪਰ ਜੇ ਮੈਂ ਤੁਲਨਾ ਕਰਕੇ ਦੇਖਾਂ ਚਲੋ ਤੁਸੀਂ ਕਿਸਾਨ ਤਾਂ ਬਦਨਾਮ ਕਰਤੇ ਦੋਹਾਂ ਚੋਹਾਂ ਨੇ ਗਲਤੀ ਕੀਤੀ ਇਹ ਗੁਨਾਹ ਕੀਤਾ ਅਸਲ ਤੇ ਗਲਤੀ ਨਹੀਂ ਤੇ ਉਹ ਕਿਸਾਨ ਵੀ ਨਹੀਂ ਗਏ ਉਹ ਤਾਂ ਕਿਸਾਨੀ ਦੇ ਭੇਸ ਦੇ ਵਿੱਚ ਸੀ ਜੀ ਪਰ ਜਿਹੜੇ ਕੁਲਦੀਪ ਸਿੰਘ ਰ ਸੀਗੇ ਉਹ ਤਾਂ ਤੁਹਾਡੀ ਆਪਣੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਨੇ ਜਿਹੜੇ ਝੰਡੇ ਝੁਲਾਏ ਸੀਗੇ ਉਹਦੇ ਬਾਰੇ ਗੱਲ ਕਰੋ ਵਿਧਾਇਕੀ ਕਿਉਂ ਗਈ ਜਬਰ ਜਨਾਹ ਦੇ ਦੋਸ਼ ਕੁੜੀ ਨੇ ਕਿਵੇਂ ਲਾਏ ਤੇ ਅੱਜ ਤੱਕ ਤੁਸੀਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਤੇ ਖੱਟੜ ਸਾਹਿਬ ਇਹਦੇ ਬਾਰੇ ਕਿਉਂ ਨਹੀਂ ਬੋਲਦੇ ਕਿੱਧਰ ਗਿਆ ਤੁਹਾਡਾ ਬੇਟੀ ਬਚਾਓ ਤੇ ਬੇਟੀ ਪੜਾਓ ਵਾਲਾ ਨਾਰਾ ਨਾ 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 ਟਹਿਣਾ ਸਾਹਿਬ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿਸਾਨ ਸ਼ਬਦ ਬਹੁਤ ਪਵਿੱਤਰ ਸੀ ਇਹਨੂੰ ਇਹਨਾਂ ਲੋਕਾਂ ਨੇ ਅਪਵਿੱਤਰ ਕਰ ਦਿੱਤਾ ਅਪਵਿੱਤਰ ਵੀ ਤਾਂ ਤੁਸੀਂ ਕੀਤਾ ਇਹਨਾਂ ਨੂੰ ਕਦੇ ਅੱਤਵਾਦੀ ਕਹਿੰਦੇ ਆ ਕਦੇ ਨਕਸਲੀ ਕਹਿੰਦੇ ਆ ਕਦੇ ਫੰਡਗਾ ਤੇ ਪੜਨ ਵਾਲੇ ਕਹਿੰਦੇ ਆ ਕਦੇ ਪਿਕਨਿਕਾਂ ਵਾਲੇ ਕਹਿੰਦੇ ਆ ਤੇ ਡਾਂਗਾ ਭਰੌਣੇ ਆ ਕਦੇ ਇਹਨਾਂ ਦੇ ਉੱਤੇ ਆਪਦੇ ਬੰਦੇ ਦੇ ਰਹੀਂ ਹਮਲੇ ਕਰਵਾਏ ਜਾਂਦੇ ਆ ਹੂੰ ਰਾਜਨੀਤਿਕ ਵਾਂ ਸਰਕਾਰ ਬਹੁ ਕੀ ਬਣ ਗਿਆ ਤੇ ਅੱਜ ਤੋਂ ਪਹਿਲਾਂ ਦੇ ਰਾਜਨੀਤਿਕਵਾਨਾਂ ਦੀ ਲੋਕ ਇੱਜ਼ਤ ਕਿਵੇਂ ਕਰਦੇ ਸੀ ਇਹਦੀ ਵੀ ਤੁਲਨਾ ਕਦੀ ਕਰਕੇ ਵੇਖੋ। ਅਗਲੀ ਗੱਲ ਇਹ ਵੀ ਤੁਸੀਂ ਕਹਿੰਦੇ ਹੋ ਵੀ 7 ਮਹੀਨੇ ਦੇ ਵਿੱਚ ਜੇ ਕੁਝ ਹੋਣਾ ਹੁੰਦਾ ਤਾਂ ਹੋ ਜਾਂਦਾ। ਤੁਸੀਂ ਕੀ ਭਾਲਦੇ ਹੋ? ਹੂੰ ਇਹ ਦੱਸ ਦਿਓ ਵੀ ਤੁਹਾਡੇ ਇਹ ਕਹਿਣ ਦਾ ਕੀ ਅਰਥ ਆ? ਤੁਹਾਨੂੰ ਸ਼ਾਂਤਮਈ ਤਰੀਕੇ ਨਾਲ ਬੈਠੇ ਲੋਕ ਚੰਗੇ ਨਹੀਂ ਲੱਗਦੇ? 7 ਮਹੀਨਿਆਂ 'ਚ ਜੇ ਕੁਝ ਕਰਨਾ ਸੀ ਤੇ ਉਹ ਤੁਸੀਂ ਤੇ ਤੁਹਾਡੀਆਂ ਸਰਕਾਰਾਂ ਨੇ ਕਰਨਾ ਸੀ। ਉਹ ਤਾਂ ਵਿਚਾਰੇ ਸ਼ਾਂਤਮਈ ਢੰਗ ਦੇ ਨਾਲ ਮੀਂਹ ਦੇ ਵਿੱਚ, ਠੰਡ ਦੇ ਵਿੱਚ, ਇਸ ਗਰਮੀ ਦੇ ਵਿੱਚ ਉੱਥੇ ਜੂਦੇ ਤੇ ਉਹ ਡਟੇ ਬੈਠੇ ਨੇ ਉਹਨਾਂ ਦਾ ਕੁਝ ਵੀ ਨਹੀਂ ਕਰਨਾ। ਬਾਰ-ਬਾਰ ਕਹੀ ਜਾਂਦੇ ਆ ਇਹ ਤਾਂ ਕਾਨੂੰਨ ਬਹੁਤ ਵਧੀਆ ਹੈ। ਕਿਸਾਨ ਸਾਨੂੰ ਇਹ ਦੱਸਣ ਇਹਦੇ ਵਿੱਚ ਸੋਧ ਕਿੱਥੇ ਕਰਨੀ ਆ ਇਹਦੇ ਵਿੱਚ ਨੁਕਸ ਕਿੱਥੇ ਆ ਮੇਰੀ ਨਾ ਕਿਸਾਨ ਆਗੂਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਕਹੋ ਵੀ ਆਪਾਂ 12ਵੇਂ ਦੌਰ ਦੀ ਮੀਟਿੰਗ ਕਰਦੇ ਆ ਹੂੰ ਆਪਾਂ ਨਾ ਕਾਨੂੰਨ ਵਿੱਚ ਲਿਗੀਆਂ ਖਾਮੀਆਂ ਦੇ ਉੱਤੇ ਹੀ ਗੱਲ ਕਰਦੇ ਆ ਪਰ ਸ਼ਰਤ ਰੱਖਦੇ ਹਾਂ ਇੱਕ ਵੀ ਆਪਾਂ ਨਾ ਟੈਲੀਵਿਜ਼ਨ ਦੇ ਉੱਤੇ ਭਾਵੇਂ ਤੁਹਾਡੇ ਗੋਦੀ ਮੀਡੀਆ ਤੇ ਲਾਈਵ ਕਰ ਲੈਨੇ ਆ ਉਧਰੋਂ ਸੋਸ਼ਲ ਮੀਡੀਆ ਤੇ ਲਾਈਵ ਕਰਦੇ ਆ ਆਪਾਂ ਲਾਈਵ ਗੱਲਬਾਤ ਕਰਦੇ ਮੀਟਿੰਗ ਚਲਾਉਨੇ ਲਾਈਵ ਜਾਂ ਤਾਂ ਫਿਰ ਤੁਸੀਂ ਸਾਨੂੰ ਸਮਝਾ ਦਿਓਗੇ ਵੀ ਕਾਨੂੰਨ ਬਹੁਤ ਵਧੀਆ ਜਾਂ ਫਿਰ ਅਸੀਂ ਇਕੱਲੇ-ਇਕੱਲੇ ਕਲੌਜ਼ ਦੇ ਉੱਤੇ ਤੁਹਾਨੂੰ ਦੱਸਾਂਗੇ ਵੀ ਭ ਆ ਨੁਕਸਾ ਇਹ ਤੇ ਆ ਨੁਕਸਾ ਤੁਹਾਡਾ ਕੀ ਪਤਾ 12ਵੇਂ ਦੌਰ ਦੀ ਗੱਲਬਾਤ ਕਰਕੇ ਫਿਰ ਮੁਕਰ ਜਾਓ ਇਹ ਤਾਂ ਕਾਨੂੰਨ ਬਹੁਤ ਵਧੀਆ ਹਨ ਇਹ ਗੱਲ ਇਹ ਆ ਨਾ ਟਾਣਾ ਸਾਹਿਬ ਕਿਸਾਨ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਮੀਟਿੰਗ ਕਰੋ ਮੀਟਿੰਗ ਕਰੋ ਅਸੀਂ ਗੱਲਬਾਤ ਕਰਨਾ ਚਾਹੁੰਦੇ ਆ ਹੁਣ ਤਾਂ ਇਹ ਆਪ ਨਹੀਂ ਅੱਗੇ ਆਉਂਦੇ ਫੇਰ ਕਹਿ ਦਿੰਦੇ ਆ ਫੋਨ ਕਾਲ ਦੀ ਦੂਰੀ ਹੈ ਅੱਧੀ ਰਾਤ ਵੀ ਗੱਲ ਕਰਾਂਗੇ ਇਹਨਾਂ ਦੀ ਤਾਂ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਵੀ ਖੇਤੀ ਕਾਨੂੰਨ ਛੱਡ ਕੇ ਹੋਰ ਜਿਹੜੀ ਮਰਜ਼ੀ ਗੱਲ ਕਰ ਲਓ ਤੇ ਹੋਰ ਕੀ ਗੱਲ ਕਰਗੇ ਹਾਂ ਵੀ ਹੋਰ ਉਹ ਨਾ ਤੁਹਾਡਾ ਹਾਲ ਚਾਲ ਪੁੱਛਣ ਦੇ ਲਈ ਉੱਥੇ ਆਉਣਾ ਉਹ ਤਾਂ ਹਾਲ ਚਾਲ ਪੁੱਛਣ ਲਈ 7 ਮਹੀਨੇ ਹੋ ਉਸੇ ਕਹਿੰਦੇ ਹੋ ਖੇਤੀ ਕਾਨੂੰਨ ਬਾਬਤ ਦੱਸਣ ਕੀ ਗਲਤੀ ਹੈ ਤੇ ਫਿਰ ਇਹ ਨਾ ਕਹੋ ਵੀ ਖੇਤੀ ਕਾਨੂੰਨ ਛੱਡ ਕੇ ਜਿਹੜੀ ਮਰਜ਼ੀ ਗੱਲ ਕਰ ਲਓ ਫਿਰ ਇਹ ਕਹੋ ਕਿ ਹਾਂਜੀ ਆਜੋ ਆਪਾਂ ਬੈਠ ਕੇ ਗੱਲ ਕਰਦੇ ਆਂ ਲਾਈਵ ਗੱਲਬਾਤ ਹੋਊਗੀ ਤੁਸੀਂ ਆਪਣੇ ਜਿਹੜੇ ਜਿੰਨੀਆਂ ਵੀ ਦੁਚਿੱਤੀਆਂ ਨੇ ਉਹ ਦੱਸੋ ਤੇ ਅਸੀਂ ਉਹਦਾ ਹੱਲ ਦੱਸਦੇ ਆਂ ਤੁਹਾਨੂੰ ਨਾਲੇ ਜਿਹਦੇ ਲਈ ਕਾਨੂੰਨ ਬਣਾਏ ਜਾਂਦ ਉਹਨੂੰ ਨਹੀਂ ਪਸੰਦ ਤੇ ਫਿਰ ੱੱਕਾ ਕਿਹੜੀ ਗੱਲ ਦਾ ਇਹ ਨਹੀਂ ਸਮਝ ਆਉਂਦਾ ਸੋ ਖੈਰ ਪਤਾ ਨਹੀਂ ਇਹ ਸਰਕਾਰਾਂ ਕਦੋਂ ਮੰਨਣਗੀਆਂ ਤੇ ਕਦੋਂ ਵਾਕਈ ਜਿਹੜੇ ਆਮ ਲੋਕ ਨੇ ਉਹਨਾਂ ਦੀ ਗੱਲ ਸੁਣੀ ਜਾਊਗੀ ਆਪਾਂ ਫਿਲਹਾਲ ਦੇ ਲਈ ਹੁਣ ਚਲੀਏ ਜੀ ਜਾਣਦਾ ਹੋ ਗਿਆ ਵੇਲਾ ਜੀ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡਦਾ ਹੀ ਪਚਾਇਓ ਦੋਵਾਂ ਨੂੰ ਇਜਾਜ਼ਤ ਸਤਰੀਆ ਕਾਲ ਤੁਸੀਂ ਵੇਖਦੇ ਹੋ ਪ੍ਰਾਈਮ ਇਸ਼ਿਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਮੌਦੀ ਹਾਜ਼ਰ ਹੈ ਜੰਝਦਾ ਵਿੱਚ ਆ